ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਰ ਇਹਨੂੰ ਮੈਂ ਕੁਝ ਕੁ ਵਾਰ ਫਿਰ ਤੋਂ ਸਵਾਗਤ ਕਰਦਾ ਤੁਹਾਡਾ ਪੰਜਾਬ 247 ਦੇ ਆਫੀਸ਼ੀਅਲ YouTube ਚੈਨਲ ਤੇ ਤਾਂ ਉਮੀਦ ਕਰਦਾ ਆਸ਼ਕ ਕਰਦਾ ਸਾਰੇ ਜਣੇ ਬਹੁਤ ਵਧੀਆ ਹੋਣਗੇ ਤੇ ਉਹ تیاری ਇਹਨੂੰ ਬੜੇ ਜ਼ਬਰਦਸਤ ਤਰੀਕੇ ਨਾਲ ਕਰ ਰਹੇ ਹੋਣਗੇ ਤੇ ਥੋੜਾ ਬੋਲਣਾ ਵੋਇਸ ਕਮ ਰੱਖੀ ਸਰ ਹੂੰ ਤੁਸੀਂ ਦੇਖ ਰਹੇ ਹੋਵੋਗੇ ਕਿ ਸਰ ਪਹਿਲੇ ਕੁਝ ਹੋਰ ਲੱਗਿਆ ਹੋਇਆ ਸੀ ਥੰਬਨੇਲ ਤੇ ਕੁਝ ਹੋਰ ਹੁਣ ਤਾਂ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਪੀ ਟ੍ਰਿਪਲ ਪਲਸ ਵੀ ਸੀਜਰ ਰੈਜ਼ਿਸਟੈਂਟ ਵਾਸਤੇ ਸੀਜਰ ਰੈਜ਼ਿਸਟਡ ਵੈਸੇ ਸਾਰੇ ਪੇਪਰਾਂ 'ਚ ਡੀਆਈ ਜੋ ਹੈ ਬੱਚਾ ਸਾਰੇ ਪੇਪਰਾਂ 'ਚ ਯਾਨੀ ਤੁਹਾਨੂੰ ਦੇਖਣ ਨੂੰ ਹਰ ਇੱਕ ਪੇਪਰ ਦੇ ਵਿੱਚ ਦੇਖਣ ਨੂੰ ਮਿਲਦਾ ਹੀ ਮਿਲਦਾ ਹੈ ਕਿ ਹੁਣ ਹੈੱਡ ਕਨਸਟੇਬਲ ਦੀ ਗੱਲ ਕਰ ਲੈ 15 ਕੁਐਸਚਨ ਡੀਆਈ ਦੇ ਆਏ ਸੀ ਜੋ ਪਿਛਲਾ ਪੇਪਰ ਹੋਇਆ ਸੀ ਨਾ 15 ਕੁਐਸਚਨ ਸੀ ਜੋ ਰੀਜਨਿੰਗ ਵਾਲੇ ਸੈਕਸ਼ਨ 'ਚ ਸਿਰਫ ਡੀਆਈ ਦੇ ਪੁੱਛੇ ਗਏ ਸੀ ਤੇ ਸਬ ਇਨਸਪੈਕਟਰ 'ਚ ਵੀ ਐਨੇ 1 ਮੈਂ ਕਹਿੰਦਾ ਕਿ ਕਿਹੜਾ ਪੇਪਰ ਹੈ ਯਾਰ ਜਿਹਦੇ ਵਿੱਚ ਡੀਆਈ ਨਹੀਂ ਆਂਦਾ ਵੈਰੀ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ ਸ਼ਸ਼ੀਕਾਸ਼ ਸ਼ਸ਼ੀਕਾਸ਼ ਸਾਰੇ ਨੂੰ ਤਾਂ ਨਾਲ ਦੇ ਨਾਲ ਹੀ ਹੁੰਦਾ ਕਿ ਸਰ ਡੀਆਈ 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 ਟ ਡਾਰ ਲੱਗਦਾ ਹੈ ਤਾਂ ਡੀਆਈ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਪੀ ਟ੍ਰਿਪਲ ਐਸ ਬੀ ਸੀਨੀਅਰ ਅਸਿਸਟੈਂਟ ਦਾ ਸਿਲੇਬਸ ਵੀ ਡਿਸਕਸ ਕਰੂੰਗਾ ਤੇ ਅੱਜ ਜੋ ਕਲਾਸ ਹੈ ਡੀਆਈ ਜੋ ਸਾਰੇ ਪੇਪਰਾਂ ਦਾ ਪਾਰਟ ਬੰਦੀ ਤਾਂ ਤੁਹਾਡੇ ਸਭ ਲਈ ਹੈ ਠੀਕ ਹੈ ਫਟਾਫਟ ਇੱਕ ਵਾਰੀ ਜੁੜੋ ਯਾਰ ਤੇ ਜੁੜਦੇ ਸਾਰੇ ਇੱਕ ਵਾਰੀ ਕਲਾਸ ਦੇ ਲਿੰਕ ਨੂੰ ਜ਼ਰੂਰ ਸ਼ੇਅਰ ਕਰੋਗੇ ਜਿਨ੍ਹਾਂ ਨੇ ਹਜੇ ਤੱਕ ਕਲਾਸ ਦਾ ਲਿੰ ਤਾਂ ਫਿਰ ਆਪਾਂ ਕਰਦੇ ਆਂ ਸੈਸ਼ਨ ਦੀ ਸ਼ੁਰੂਆਤ ਹਾਂ ਬੱਚੇ ਡਿਲੀ ਲੱਗੇਗੀ 11 ਵਜੇ ਇਹ ਡਿਲੀ ਲੱਗੇਗੀ 11 ਵਜੇ ਠੀਕ ਹੈ ਕਲੀਅਰ ਹੈ ਨਹੀਂ ਗੱਲ ਕਰੀਬ ਸ਼ੁਰੂਆਤ ਚਲੋ ਕਰ ਦਾਂ ਸ਼ੁਰੂਆਤ ਪੰਜ ਨੰਬਰਾਂ ਦੀ ਡੀਆਈ ਆਣੀ ਹੈ ਸਿਲੇਬਸ ਦੇ ਵਿੱਚੋਂ ਦੇਖਾਣਾ ਕੀ ਕੁਝ ਦਿੱਤਾ ਹੋਇਆ ਡਾਟਾ ਇੰਟਰਪ੍ਰੀਟੇਸ਼ਨ ਦੇ ਰੱਖਿਆ ਹੈ ਪਹਿਲੇ ਤਾਂ ਜਿਹੜੇ-ਜਿਹੜੇ ਨਵੇਂ ਜੁੜੇ ਹੋਇਆ ਭਾਈ ਜਿਨ੍ਹਾਂ ਨੇ ਹਲੇ ਤੱਕ ਅਡਾ 247 ਦੀ ਐਪ ਨਹੀਂ ਡਾਊਨਲੋਡ ਕੀਤੀ ਹੋਈ ਤਾਂ ਬੱਚਾ ਜੀ ਐਪ ਦਾ ਜੋ ਲਿੰਕ ਹੈ ਨਾ ਜੋ ਐਪ ਦਾ ਲਿੰਕ ਹੈ ਇੱਥੇ ਲੱਗਿਆ ਹੋਇਆ ਹੈ ਉੱਪਰ ਲੱਗਿਆ ਹੋਇਆ ਤੁਹਾਡੇ ਡਿਸਕ੍ਰਿਪਸ਼ਨ 'ਚ ਲੱਗਿਆ ਹੋਊਗਾ ਆਹ ਵਾਲਾ ਲਿੰਕ ਆਹ ਵਾਲਾ ਲਿੰਕ ਤੁਹਾਡੇ ਡਿਸਕ੍ਰਿਪਸ਼ਨ 'ਚ ਲੱਗਿਆ ਹੋਊਗਾ ਉਹ ਡਿਸਕ੍ਰਿਪਸ਼ਨ ਤੇ ਦਿੱਤੇ ਗਏ ਲਿੰਕ ਤੇ ਤੁਸੀਂ ਕਲਿੱਕ ਕਰਕੇ ਐਪ ਡਾਊਨਲੋਡ ਕਰੋਗੇ ਤਾਂ ਤੁਹਾਨੂੰ ਆਹ ਡੀਆਈ ਦੀ ਜੋ ਪੀਡੀਐਫ ਹੈ ਉਹ ਕਮਿਊਨਿਟੀ ਸੈਕਸ਼ਨ ਤੇ ਜਾ ਕੇ ਉੱਥੇ ਮਿਲ ਜਾਏਗੀ ਠੀਕ ਹੈ ਨਾ ਤੇ ਨਾਲ ਦੇ ਨਾਲ ਹੀ ਅੱਜ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪੰਜਾਬ ਅਡਾ 247 ਦੇ ਚੈਨਲ ਨੂੰ ਵੀ ਜਰੂਰ ਤੋਂ ਜਰੂਰ ਸਬਸਕ੍ਰਾਈਬ ਕਰ ਲੈਣਾ ਕਿਉਂਕਿ ਐਸੇ ਚੈਨਲ ਨੇ ਤੁਹਾਨੂੰ ਸਿਲੈਕਸ਼ਨ ਦਿਵਾਣੀ ਹੈ ਸਵੇਰ ਤੋਂ ਲੈ ਕੇ ਰਾਤ ਤੱਕ ਚੈਨਲ ਲਾਈਵ ਰਹਿੰਦਾ ਸਾਰੇ ਟਿਊਟਰ ਦੇ ਨਾਲ ਤੁਹਾਡੇ ਵਾਸਤੇ ਪੜ੍ਹਾਉਂਦੇ ਤੁਹਾਨੂੰ YouTube ਤੇ ਪੜਾਉਂਦੇ ਹੈ ਤਾਂ ਜਰੂਰ ਇਹਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦੇ ਨਾਲ ਮੈਂ ਮੈਡ ਦਾ ਸਿਲੇਬਸ ਦਿਖਾ ਦਿੰਦਾ ਜੋ ਆਪਣੇ ਸੀਨੀਅਰ ਅਸਿਸਟੈਂਟ ਦਾ ਸਿਲੇਬਸ ਹੈ DI ਸਭ ਜਗ੍ਹਾ ਤੇ ਆਣੀ ਹੈ ਕਲਾਸ ਸਾਰਿਆਂ ਵਾਸਤੇ ਉਗਲ ਠੀਕ ਹੈ ਬਟ ਸੀਨੀਅਰ ਰਿਸਟੈਂਟ ਦੇ ਸਪੈਸ਼ਲੀ ਦੇਖੋਗੇ ਤਾਂ ਲੋਜੀਕਲ ਰੀਜ਼ਨਿੰਗ ਐਨਾਲਿਟਿਕ ਐਂਡ ਮੈਂਟਿਕ ਮੈਂਟਲ ਅਬਿਲਿਟੀ ਜੋ ਵੀ ਨੰਬਰ ਦੀ ਹੈ ਮੈਥ ਰੀਜ਼ਨਿੰਗ ਦਾ ਪੋਜੀਸ਼ਨ ਨੂੰ 30 ਨੰਬਰ ਚ ਦਿੱਤਾ ਗਿਆ ਬੱਚਾ ਜੀ ਠੀਕ ਹੈ ਮੈਥ ਰੀਜ਼ਨਿੰਗ ਦੇ ਪੋਜੀਸ਼ਨ ਨੂੰ 30 ਨੰਬਰ ਚ ਦਿੱਤਾ ਗਿਆ ਹੈ ਠੀਕ ਹੈ ਪੇਡ ਕਲਾਸ ਵਿੱਚ 10 ਵਜੇ ਹੁੰਦੀ ਫੜਨੇ ਲੈ ਕੇ ਤੇ ਨਾਲ ਦੇ ਨਾਲ ਬੱਚਾ ਜੋ ਮੈਥ ਦੇ ਵਿੱਚ ਦਿੱਤਾ ਗਿਆ ਬੇਸਿਕ ਬੇਸਿਕ ਨਿਊਮੈਰੀਕਲ ਸਕਿਲਸ ਤੇ ਮੈਗਨੀਟਿਊਡ ਮੈਗਨੀਟਿਊਡ ਪਰਸੈਂਟੇਜ ਨਿਊਮੈਰੀਕਲ ਰਿਲੇਸ਼ਨ ਤੇ ਨਾਲ ਦੇ ਨਾਲ ਡਾਟਾ ਐਨਾਲਿਸਿਸ ਗ੍ਰਾਫਿਕ ਪ੍ਰੈਜੈਂਟ ਚਾਰਟ ਚਾਰਟ ਹੁਣ ਕੋਈ ਵੀ ਹੋ ਸਕਦਾ ਬੱਚਾ ਇਹ ਧਿਆਨ ਚ ਰੱਖਿਓ ਜੀ ਡਾਟਾ ਐਨਾਲਿਸਿਸ ਦਾ ਮਤਲਬ ਹੋਗਾ ਕਿ ਚਾਰਟ ਕੋਈ ਵੀ ਪੁੱਛਿਆ ਜਾ ਸਕਦਾ ਹੈ ਪਾਈ ਚਾਰਟ ਆ ਸਕਦਾ ਲਾਈਨ ਚਾਰਟ ਆ ਸਕਦਾ ਹੈ ਗ੍ਰਾਫੀਕਲ ਚਾਰਟ ਆ ਸਕਦਾ ਸਪਰੈਡਸ਼ੀਟ ਆ ਸਕਦੀ ਹੈ ਇਹ 5 ਨੰਬਰ ਦਾ ਆਏਗਾ ਹੀ ਆਏਗਾ ਜਿਹਦੀ ਆਪਣੇ ਆ ক্লাস ਹੈਗੀ ਹੈ ਜਿਹਦੀ ਇਹ ক্লাস ਹੈ ਠੀਕ ਹੈ ਨਾ ਇਹ ਧਿਆਨ ਚ ਰੱਖਣਾ ਹੈ ਕਿ ਆ 5 ਨੰਬਰ ਛੱਡਨੇ ਨਹੀਂ ਹੈ ਠੀਕ ਹੈ ਤਾਂ ਆਪਾਂ ਇਹ ਵੀ ਕਰ ਸਕਦੇ ਹਾਂ ਕਿ ਥੋੜੇ-ਬਹੁਤ ਕੁਐਸਚਨ ਆਪਾਂ ਇੱਥੋਂ ਪੜ੍ਹੀਏ ਤੇ ਡੇਲੀ ਦੇ ਇੱਕ ਡੀਆਈ ਕਰੀਏ ਤੇ ਜਾਂ ਸਿਰਫ ਆਹ ਵਾਲੀ ਜੋ ਕਲਾਸ ਡੀਆਈ ਦੀ ਹੋਏਗੀ 8 ਵਜੇ ਵਾਲੀ ਕਲਾਸ 'ਚ ਆਪਾਂ ਸਾਰਾ ਕੁਝ ਪੜ੍ਹ ਲਈਆਂ 8 ਵਜੇ ਕਲਾਸ 'ਚ ਆਪਾਂ ਕੁਐਸਚਨ ਪੜ੍ਹ ਲਈਏ ਇੱਥੇ ਆਪਾਂ ਡੀਆਈ ਪੜ੍ਹਾਂਗੇ ਕਿਉਂਕਿ ਬੱਚੇ 5 ਨੰਬਰ ਛੱਡਨੇ ਨਹੀਂ ਹੈ ਜੇ ਤੁਹਾਨੂੰ ਡੀਆਈ ਸਮਝ ਆ ਗਈ ਤਾਂ ਮੰਨ ਲਓ 5 ਨੰਬਰਾਂ ਦਾ ਕੰਮ ਹੈ ਪੂਰਾ 5 ਨੰਬਰਾਂ ਦਾ ਬਹੁਤ ਵੱਡਾ ਰੋਲ ਹੈ ਠੀਕ ਹੈ ਨਾ ਉਹਨਾਂ ਦੇ ਵਿੱਚ ਲਿਖਿਆ ਵੀ ਹੋਇਆ ਮੈਂਟਲ ਅਬਿਲਿਟੀ ਤਾਂ ਹੋ ਸਕਦਾ ਬੱਚਾ ਕਿ ਮੈਥ ਦੇ ਕੁਐਸਚਨ ਦੋ ਚਾਰ ਉਧਰ ਪੁੱਛ ਲਿੱਤੇ ਜਾਣ ਤੇ ਬਰਾਬਰ ਕਰ ਦਿੱਤਾ ਜਾਵੇ 20 10 ਲਿਖਿਆ ਹੋਇਆ ਤਾਂ ਹੋ ਸਕਦਾ ਏ 17 13 ਵੀ ਹੋ ਸਕਦਾ ਹੈ ਇਦਾਂ ਦਾ ਕੋਈ ਨਹੀਂ ਹੈ ਤੇ ਇਹ ਦਿੱਤਾ ਹੋਇਆ ਸਪੈਸੀਫਾਈ ਕਰਕੇ ਕਿ ਮੈਂਟਲ ਅਬਿਲਿਟੀ ਦੇ ਵਿੱਚ ਵੀ ਦੋ ਤਿੰਨ ਕੁਐਸਚਨ ਮੈਥ ਦੇ ਤੁਹਾਨੂੰ ਪਾ ਕੇ ਦਿੱਤੇ ਜਾ ਸਕਦੇ ਹੈ ਕਲੀਅਰ ਹੈ ਨਹੀਂ ਗੱਲ ਕਰੀਏ ਸ਼ੁਰੂਆਤ ਇੱਕ ਵਾਰੀ ਸਾਰੇ ਬੱਚੇ ਲੇਖ ਦੋਗੇ ਵੀ ਆ ਰਿਹਾ ਹੁਣ ਕਈ ਕਹਿੰਦੇ ਸਰ ਕੀ ਸੀਨੀਅਰ ਅਸਿਸਟੈਂਟ ਦਾ ਥੋੜਾ ਜਿਹਾ ਸਿਲੇਬਸ ਦਿਖਾ ਦਿਓ ਇੱਕ ਵਾਰੀ ਥੋੜੀ ਜਿਹੀ ਨਿਗਾਹ ਮਾਰਦੇ ਇਹ ਤਾਂ ਲਿੰਕ ਖੁੱਲ ਗਿਆ ਹਾਂ ਆ ਰਿਹਾ ਹੁਣ ਬੱਚਾ ਜੀ ਇਹਦੇ ਵਿੱਚ ਕੀ ਸੀ ਕਿ ਤੁਸੀਂ ਦੇਖੋਗੇ ਸੀਨੀਅਰ ਅਸਿਸਟੈਂਟ ਦਾ ਇਹ ਪੇਪਰ ਹੈ ਹੁਣ ਪੇਪਰ ਦੇ ਵਿੱਚ ਦੇਖੋਗੇ ਤਾਂ 30 ਨੰਬਰ ਦੀ ਜੀਕੇ ਕਰੰਟ ਅਫੇਅਰ ਸਾਰਾ ਮਿਲਾ ਕੇ ਤੇ ਪੋਲੀਟੀ ਤੇ ਪੰਜਾਬ ਹਿਸਟਰੀ ਤੇ ਕਲਚਰ ਜੋ ਬੱਚਾ ਜੀ ਉਹ 20 ਨੰਬਰ ਦਾ ਹੈ ਠੀਕ ਹੈ ਨਾ ਤਾਂ ਹੁਣ ਆਜ ਆਜ ਆ ਪੋਰਸ਼ਨ ਮੈਂ ਤੁਹਾਨੂੰ ਦਿਖਾ ਚੁੱਕਿਆ ਪੰਜਾਬੀ 15 ਨੰਬਰ ਦੀ ਹੈ ਨੇ ਇੰਗਲਿਸ਼ 15 ਨੰਬਰ ਦੀ ਹੈ ਨੇ ਕੰਪਿਊਟਰ 10 ਨੰਬਰ ਦਾ ਹਨ ਡਿਟੇਲਸ ਮੈਂ ਪੀਡੀਐਫ ਤੁਹਾਨੂੰ ਪਾਤੀ ਸੀ ਉਸ ਤੋਂ ਦੇਖ ਲਿਆ ਜੀ ਠੀਕ ਹੈ ਨਾ ਚਲੋ ਅੱਜ ਹੁਣ ਆਪਾਂ ਕਚਲ ਕਰਦੇ ਹਾਂ ਸ਼ੁਰੂਆਤ ਕਲਾਸ ਦੀ ਤੇ ਪਹਿਲੀ ਡੀਆਈ ਤੁਹਾਡੇ ਸਾਹਮਣੇ ਹੈ ਪਹਿਲੀ ਡੀਆਈਸ ਪੜ੍ਹ ਲਓ ਇੱਕ ਵਾਰੀ ਡੀਆ ਦੇ ਵਿੱਚ ਦੇਖੀ ਕੁਝ ਰੱਖਿਆ ਡੀਆਈ ਸਮਝਿਆ ਕਰੋ ਜਰੂਰ ਪਹਿਲੇ ਫਿਰ ਆਪਾਂ ਬਣਾਣੀ ਹੈ ਇਹਨੂੰ ਠੀਕ ਹੈ ਚਲੋ ਜੀ ਪਹਿਲੀ ਡੀਆਈ ਪਹਿਲੇ ਦੇਖ ਲਓ ਚੰਗੀ ਤਰ੍ਹਾਂ ਦੇਖ ਹੀ ਰੱਖਿਆ ਹੈ ਤੇ ਮੈਂ ਇੱਕ ਵਾਰੀ ਆਈਗਾਸ ਲਿੰਕ ਨਹੀਂ ਪਾਇਆ ਮੈਂ ਤਾਂ ਮੈਂ ਲਿੰਕ ਪਾ ਦਨ 1 ਮਿੰਟ ਰੁਕੋ ਚਲੋ ਆਜੋ कि बच्चा टोटल नंबर ऑफ आर्टल किन्ने छे हज़ार है हम छे हज़ार टोटल नंबर ऑफ आर्टिकल है, ने क्या है गिवन बिलो इन द पाई चार्ट विच शो द परसेंटेज डिस्ट्रीब्यूशन एंड नंबर ऑफ सोल्ड शॉपकीपर इन फाइव पांच स्टेज दे जो आर्टिकल बेचे गए है ए बी सी डी ई हूँ जो छे हज़ार टोटल टोटल आर्टिकल छे हज़ार है सेक्शन सैक्शन इन इन्े परसेंट वेचे गए है क्वेश्चन नंबर एक की कह रहा है क्वेश्चन नंबर एक कह रहा है कि बी बीते डी द्वारा b ਅਤੇ d ਦੁਆਰਾ ਲੇਖਾਂ ਲਈ ਕੇਂਦਰੀ ਕੋਣ ਦੇ ਵਿੱਚ ਅੰਤਰ ਕਿੰਨਾ ਹੈ ਬਣਾਓ ਸ਼ਾਬਾਸ਼ ਪਹਿਲਾ ਕੁਸ਼ਣ ਬਣਾਉਂਗੇ ਬੱਚਾ ਬਿਲਕੁਲ ਬੇਸਿਕ ਕੁਸ਼ਣ ਤੋਂ ਸ਼ੁਰੂਆਤ ਕਰ ਰਹੇ ਹਾਂ ਬਿਲਕੁਲ ਬੇਸਿਕ ਕੁਸ਼ਣ ਤੋਂ ਸ਼ੁਰੂਆਤ ਕਰ ਰਹੇ ਹਾਂ ਹਾਂ ਤੇ ਆਜੋ ਲੈਵਲ ਹੈ ਉਹ ਦਿਨੋ ਦਿਨ ਆਪਾਂ ਡਬਲ ਡਾਈਵ ਲੈ ਕੇ ਆਉਂਗਾ ਲਾਈਨ ਚਾਰਟ ਪਾਈ ਚਾਰਟ ਸਾਰੇ ਕਰਾਂਗੇ ਫਟਾਫਟ ਇੱਕ ਵਾਰੀ ਸਾਰੇ ਜਨੇ ਇਹਦਾ ਅਨਸਰ ਕਰੂਗੇ ਕਿ ਸਰ ਕਿੰਨਾ ਆਏਗਾ ਵੈਰੀ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ ਤੇ ਸਾਰੇ ਬੱਚਾ ਇੱਕ ਵਾਰੀ ਕਲਾਸ ਦਾ ਲਿੰਕ ਜਰੂਰ ਸ਼ੇਅਰ ਕਰੋਗੇ ਜਿਨ੍ਹਾਂ ਨੇ ਹਾਲੇ ਤੱਕ ਕਲਾਸ ਦਾ ਲਿੰਕ ਨਹੀਂ ਸ਼ੇਅਰ ਕੀਤਾ ਚਲੋ ਦੇਖੋ ਕਹਿੰਦਾ B ਅਤੇ D ਦੁਆਰਾ ਲੇਖਾਂ ਵਿੱਚ ਕੇਂਦਰੀ ਕੋਣ ਬੱਚਾ ਜੋ ਕੇਂਦਰੀ ਕੋਣ ਦੀ ਗੱਲ ਕਰਦਾ ਹੈ ਜ ਜਿਹਨੂੰ ਆਪਾਂ ਐਂਗਲ ਕਹਿ ਦਿੰਨੇ ਹਾਂ ਜਿਵੇਂ ਇਹਦੇ ਵਿੱਚ ਲਿਖਿਆ ਹੋਇਆ ਹੈ ਸੈਂਟਰਲ ਐਂਗਲ ਸੈਂਟਰਲ ਐਂਗਲ ਬੱਚਾ ਕਿ ਜੋ ਪੂਰਾ ਐਂਗਲ ਹੁੰਦਾ ਹੈ ਜੋ ਆਪਾਂ ਪੂਰਾ ਸਰਕਲ ਦੀ ਗੱਲ ਕਰੀਏ ਬੱਚਾ ਪੂਰਾ ਸਰਕਲ ਦਾ ਜੋ ਐਂਗਲ ਆਉ 360 ਡਿਗਰੀ ਹੈ ਰਾਈਟ ਅਜਾ ਪੂਰਾ ਸਰਕਲ ਦਾ ਐਂਗਲ ਆਉ 360 ਡਿਗਰੀ ਹੈ ਉਹਨ 360 ਡਿਗਰੀ ਚ ਕਹਿੰਦਾ B ਅਤੇ D ਦੁਆਰਾ ਵਿੱਚ ਗਏ ਜੋ ਲੇਖਾਂ ਵਿੱਚ ਜੋ ਅੰਤਰ ਹੈ ਉਹ ਕਿੰਨਾ ਹੈ ਇੱਕ ਸਿੰਪਲ ਜੀ ਗੱਲ ਦੇਖੋਗੇ ਉਧਰ ਪਰਸੈਂਟੇਜ ਦੇ ਵਿੱਚ ਦੇ ਰੱਖਿਆ ਹੈ ਠੀਕ ਹੈ ਉਧਰ ਪਰਸੈਂਟੇਜ ਦੇ ਵਿੱਚ ਦੇ ਲਿਖਿਆ ਹੈ ਬੀ ਦੇ ਵਿੱਚ ਕਿੰਨਾ ਪਰਸੈਂਟ ਹੈ 15% ਹੈ ਡੀ ਦੇ ਵਿੱਚ ਕਿੰਨਾ ਹੈ 23% ਹੈ ਮਤਲਬ ਅੰਤਰ ਪੁੱਛਿਆ ਤਾਂ ਮਤਲਬ ਦੋਨਾਂ ਦਾ ਅੰਤਰ ਹੋ ਗਿਆ 8% ਜਿਵੇਂ ਕਿ ਲਾਈਨ ਦੇ ਵਿੱਚ ਲਿਖਿਆ ਹੋਇਆ ਹੈ ਕਹਿੰਦਾ ਬੀ ਤੇ ਡੀ ਦੁਬਾਰਾ ਵਿੱਚਗੇ ਲਿਖਣ ਲਈ ਕੇਂਦਰੀ ਕੋਣ ਦੇ ਵਿੱਚ ਅੰਤਰ ਕਿੰਨਾ ਹੈ ਸੋ ਜਿਹੜੇ ਸਾਹਮਣੇ ਅੰਤਰ ਹੈ ਬੱਚਾ ਜੀ ਤੁਸੀਂ ਕਹੋਗੇ ਸਰ ਆਹ 15% ਆਹ 23% ਮਤਲਬ ਇਹਨਾਂ ਦਾ ਅੰਤਰ ਹੋਏਗਾ ਉਹ ਹੋਏਗਾ 8% ਰਾਈਟ ਹੁਣ 8% ਐਂਗਲ ਬਣੇਗਾ केंद्रीय कोण जो बनेगा बच्चा जी वो अठ परसेंट बनेगा तो जो पूरा एंगल है वो तीन सौ सठ का है वह अठ परसेंट कि होगा अठ परसेंट निकालना है आंसर आ देगा जीरो नाल जीरो कट के वैसे ही देख लो तो छत्ती छत्ती दे कि होंगे अठ सिक अड़ताली आठा मतलब हंसल चार अठ से चौबी से चार अठाई दो सौ अठासी दो सौ अठासी का मतलब आ गया क्योंकि एक जीरो है तो अठाई पॉइंट अठ मतलब जो एंगल बनेगा बच्चा जी आना बनेगा ट्वेंटी एट पॉइंट एट डिग्री 28.8 ਡਿਗਰੀ ਹੀ ਇਸ ਸਵਾਲ ਦਾ ਆਨਸਰ ਆ ਜਾਏਗਾ ਹੁਣ ਇਹ ਤਰੀਕਾ ਹੈ ਨੂੰ ਸੋਲੂਸ਼ਨ ਡੀ ਆਈ ਹਰੇ ਕੋਈ ਕਰ ਲੈਂਦਾ ਡੀ ਆਈ ਦੀ ਅੱਜ ਗੱਲ ਨਹੀਂ ਹੁੰਦੀ ਬੱਚਾ ਕੀ ਕਹਿੰਦਾ ਸਰ ਉਹਨਾਂ ਦੇ ਟੋਟਲ ਨੰਬਰ ਆਫ ਆਰਟੀਕਲ ਵੀ ਦੇ ਦੇ ਰੱਖਿਆ 6000 ਦਾ ਯੂਜ਼ ਨਹੀਂ ਕਰਨਾ ਪਹਿਲੀ ਗੱਲ ਤਾਂ ਬੱਚਾ ਜੀ ਸਿੱਧਾ ਹੀ 8% ਲੈ ਲਓ ਹੁਣ ਕਈ ਬੱਚੇ ਪਤਾ ਕੀ ਕਰਦੇ ਪਹਿਲੇ B ਦਾ ਨਿਕਾਲ ਲੈਣਗੇ ਸਰ ਜੀ B ਦਾ 23% ਮੈਂ ਕੱਢ ਲਿਆ B ਦਾ 15% ਕੱਢ ਲਿਆ D ਦਾ 23% ਕੱਢ ਲਿਆ ਫਿਰ ਬੱਚਾ ਜਨਾਂ ਨੂੰ ਮਾਈਨਸ ਕਰਨਗੇ ਠੀਕ ਹੈ ਨਾ ਤੇ ਧਿਆਨ ਰੱਖਣਾ ਹੈ ਕਿ ਘੈਂਟ ਤਰੀਕੇ ਨਾਲ ਕਰਨਾ ਹੈ ਮੇਰੀ ਸ਼ਾਇਦ ਸਰ ਤੁਹਾਨੂੰ ਯਾਦ ਹੋਵੇਗਾ ਮੈਂ ਉਹੀ ਆ ਜਦੋਂ ਐਕਸੀਡੈਂਟ ਹੋ ਗਿਆ ਸੀ ਫੁੱਟ ਦੀ ਪਿਕ ਸੈਂਡ ਵੀ ਕੀਤੀ ਸੀ ਤੁਹਾਨੂੰ ਬਟ ਆਪਣੇ ਆਪ ਨੂੰ ਰੂਮ ਵਿੱਚ ਬੰਦ ਕਰ ਲਿਆ ਹੈ ਬੁਕਸ ਨਾਲ ਪਿਆਰ ਪਾ ਲਿਆ ਹੈ ਧੰਨਵਾਦ ਠੀਕ ਹੈ ਬੱਚੇ ਬਹੁਤ ਵਧੀਆ ਧੰਨਵਾਦ ਬਾਰ ਬਾਰ ਕਮੈਂਟਸ ਪੈਮ ਨਹੀਂ ਕਰਨਾ ਇਹ ਬੱਚਾ ਉਹ ਬੱਚਾ ਹੈ ਦਾ ਐਕਸੀਡੈਂਟ ਹੋਇਆ ਸੀ ਐਗਜ਼ਾਮ ਦੇਣ ਗਿਆ ਸੀ ਆਈ ਗੈਸ ਮੈਨੂੰ ਯਾਦ ਹੈ ਦੀ ਸਟੋਰੀ ਕਹਿੰਦਾ ਪੈਰ ਫ੍ਰੈਕਚਰ ਹੋ ਗਿਆ ਸੀ ਨੇ ਮੈਨੂੰ ਫੋਟੋ ਵੀ ਭੇਜੀ ਸੀ ਕਿ ਸਰ ਮੇਰੇ ਨਾਲ ਆ ਚੀਜ਼ ਹੋਈ ਹੈ ਤਾਂ ਹੁਣ ਇੱਕ ਵਾਰ ਦੇਖੋ ਯਾਰ ਇੱਕ ਮੋਟੀਵੇਸ਼ਨ ਦੇ ਤੌਰ ਤੇ ਹੁਣ ਆ ਬੱਚਾ ਹੁਣ ਤੁਹਾਡੇ ਸਾਹਮਣੇ ਲਿਖ ਰਿਹਾ ਹੈ ਕਿ ਮੈਂ ਆਪ ਜਿਹਾ ਨੂੰ ਰੂਮ ਚ ਬੰਦ ਕਰ ਲਿਆ ਕਿਤਾਬਾਂ ਨਾਲ ਪਿਆਰ ਪਾ ਲਿਆ ਹੈ ਮਿਹਨਤ ਟਿਕਾ ਕੇ ਕਰਨੀ ਸਾਰਿਆਂ ਨੇ ਮਿਹਨਤ ਕਰਨੀ ਕਿਉਂਕਿ ਪੇਪਰ ਹੈ ਹੁਣ ਬਹੁਤ سارے ਪੇਪਰ ਆਣਦੇ ਹੈ ਉਹ ਸਾਰੇ oportunidades ਹੈ ਮੌਕੇ ਬਹੁਤ ਸਾਰੇ ਹੈ ਬਸ ਆਪ ਦੇ ਆਪ ਤੇ ਸੋਚ ਕੇ ਰੱਖਣਾ ਹੈ ਕਿ ਤੁਸੀਂ ਸਿਲੈਕਟ ਹੋਣਾ ਹੈ ਇੱਕ ਵਾਰੀ ਸਾਰੇ ਬੱਚੇ ਜੋਸ਼ ਨਾਲ ਹੈਂਡ ਰੇਸ ਕਰਨਗੇ ਕਿ ਸਰ ਆਈ ਵਾਂਟ ਟੂ ਸਿਲੈਕਟ ਇਨਟੂ 2024 2024 ਦੇ ਵਿੱਚ ਮੇਰੀ ਸਿਲੇਕਸ਼ਨ ਪੱਕੀ ਹੈ ਮੈਂ ਸਿਲੇਕਸ਼ਨ ਲੈ ਕੇ ਹਟੂੰਗਾ ਤੇ ਲੈ ਕੇ ਹਟਣੀ ਵੀ ਹੈ ਸਿਲੇਕਸ਼ਨ ਲੈਣੀ ਆ ਸਾਰਿਆਂ ਨੇ ਇੱਕ ਵਾਰੀ ਫਟਾਫਟ ਹੈਂਡ ਰੇਸ ਕਰ ਦਾਂਗੇ ਇਹ ਮੋਟੀਵੇਸ਼ਨ ਐ ਦੇਖ ਲੋ ਯਾਰ ਕਿ ਬੰਦਾ ਪੈਰ ਤੋੜਾ ਕੇ ਵੀ ਹੁਣ ਦੁਆਰੋਂ ਮਤਲਬ ਇੱਕ ਖੋਸਲਾ ਹਾਰ ਕੇ ਕਿਉਂਕਿ ਮੇਰੇ ਕੋਲ ਕੋਲ ਆਇਆ ਸੀ ਬੱਚੇ ਦਿਨਾਂ ਕਿ ਮੇਰੀ ਗੱਲ ਵੀ ਹੋਈ ਆਈ ਗਈ ਗੈਸ ਤਾਂ ਦੁਆਰ ਤੋਂ ਦੇਖ ਲਓ ਹੁਣ ਇੱਕ ਇੰਨੀ ਮੋਟੀਵੇਸ਼ਨ ਇੱਕ ਮੋਟੀਵੇਸ਼ਨ ਦੇ ਤੌਰ ਤੇ ਜ਼ਰੂਰ ਲੈਣਾ ਆ ਚੀਜ਼ ਨੂੰ ਕਿ ਹੁਣ ਬੱਚਾ ਰੂਮ ਚ ਬਹਿ ਕੇ ਆਪ ਦੇ ਆਪ ਨੂੰ ਬੰਦ ਕਰਕੇ ਪੜ੍ਹੀ ਜਾਂਦਾ ਹੈ ਕਿ ਮੈਂ ਤੁਹ ਸਿਲੈਕਸ਼ਨ ਲੈ ਕੇ ਨਿਕਲਾਂਗਾ ਮੈਂ ਤੁਹ ਤਿਆਰ ਹੋ ਕੇ ਨਿਕਲਾਂਗਾ ਆਈ ਐਮ ਟ੍ਰੈਵੀਸ ਹੈਡ ਆਈ ਐਮ ਟ੍ਰੈਵੀਸ ਹੈਡ ਕੁੱਟਦਾ ਬਹੁਤ ਤੇ ਇਥੋਂ ਤਨੂੰ ਮੈਂ ਕੁੱਟ ਦੂੰਗਾ ਬਲੌਗ ਮਾਰ ਦੂੰ ਫਾਲਤੂ ਗੱਲਾਂ ਨਹੀਂ ਕਰਨੇ ਮੈਂ ਸਿੰਪਲ ਦੀ ਗੱਲ ਦੱਸ ਦੇਣਾ ਠੀਕ ਹੈ ਨਾ ਕਲੀਅਰ ਐਨੀ ਗੱਲ ਸਲੀਆ ਨ ਪੱਕਾ ਹੋਣਾ ਚਾਹੀਦਾ ਹੈ ਇਰਾਦਾ ਹੋਣਾ ਚਾਹੀਦਾ ਹੈ ਦੇਖੋ ਯਾਰ ਅਗਰ ਤੁਸੀਂ ਐਦਾ ਸੋਚੋਗੇ ਨਾ ਕਿ ਹਾਂ ਕਰ ਸਕਦੇ ਆ ਤਾਂ ਜਰੂਰ ਹੋਏਗਾ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਫਟਾਫਟ ਸਾਰੇ ਬੱਚੇ ਅਨਸਰ ਕਰੋਗੇ ਤੇ ਨਾਲ ਦੇ ਨਾਲ ਯਾਰ ਲਾਈਕ ਵਾਲਾ ਬਟਨ ਵੀ ਦਬ ਦੋਗੇ ਜਿਨ੍ਹਾਂ ਨੇ ਹਰ ਤੱਕ ਲਾਈਕ ਸ਼ੇਅਰ ਨਹੀਂ ਕੀਤਾ ਤਾਂ ਲਾਈਕ ਸ਼ੇਅਰ ਜਰੂਰ ਕਰ ਦੋਗੇ ਸ਼ਾਬਾਸ਼ ਕਹਿੰਦਾ ਕੀ ਹੈ A ਤੇ B ਦੁਆਰਾ ਇਕੱਠੇ ਵੇਚੇ ਗਏ ਲੇਖਾਂ ਦੀ ਕੁੱਲ ਸੰਖਿਆ ਦੇ 150% ਨਾਲ B ਅਤੇ C ਦੁਆਰਾ ਵੇਚੇ ਗਏ ਲੇਖਾਂ ਦਾ ਅਨੁਪਾਤ ਕਿੰਨਾ ਹੈ ਪੂਰਾ ਕੁਐਸਚਨ ਬੱਚਾ ਜੀ ਧਿਆਨ ਨਾਲ ਪੜ੍ਹਨਾ ਹੈ ਅੱਛੇ ਤਰੀਕੇ ਨਾਲ ਪਰਫਾਰਮ ਕਰਨਾ ਹੈ ਕਿ ਕਿੰਨਾ ਆਏਗਾ ਸਰ ਹਾਇਰ ਟਾਈਪ ਵੀ ਬੱਚਾ ਹਾਂ ਆਦੀ ਕਰੋਂਡ ਬਰੀ ਡੀ ਆਈ ਸਾਰੀ ਹੋ ਜਾਏਗੀ ਬਣਾਓ ਸ਼ਾਬਾਸ਼ ਕਿੰਨਾ ਆਏਗਾ ਬਣਾਓ ਟਿੱਡਾ ਤਾਂ ਬਹੁਤ ਸੋਨਾ ਹੋ ਗਿਆ ਬਹੁਤ ਅਦਰਦਲੀ ਗੱਲਾਂ ਦੇ ਬਹੁਤ ਯਾਰਾ ਰਹੇ ਤੁਸੀਂ ਟਿੱਡਾ ਸੋਣਾ ਹੋ ਗਿਆ ਹੈ ਇਹ ਤੇ ਈ ਦੁਆਰਾ ਵਿੱਚੇ ਗਏ ਲੇਖਾਂ ਦੀ ਕੁੱਲ ਸੰਖਿਆ ਦੇ 150% ਇਹ ਤੇ ਈ ਦੁਆਰਾ ਇਕੱਠੇ ਕਿੰਨੇ ਆ ਏ ਤੇ ਈ ਦੇ ਕਿੰਨੇ ਹੈ ਤੁਸੀਂ ਕਹੋਗੇ ਸਰ ਏ ਦੇ 18 ਹੈ ਈ ਦੇ 32 ਹੈ ਮਤਲਬ ਟੋਟਲ ਹੋ ਗਏ 50% ਰਾਈਟ ਠੀਕ ਹੈ ਮਤਲਬ ਜਿੰਨੇ ਆ ਹੈ ਕਹਿੰਦਾ ਏ ਤੇ ਈ ਦੁਆਰਾ ਇਕੱਠੇ ਵਿੱਚੇ ਗਏ ਲੇਖਾਂ ਦੀ ਕੁੱਲ ਸੰਖਿਆ 6000 ਦਾ 50% ਹੁੰਦਾ 6 ਪੰਜਾਤੀ 3000 ਰਾਈਟ ਹੁਣ ਕਹਿੰਦਾ ਕਿ ਇਹਦੇ ਚ 3000 ਲੇਖ ਵਿਚ ਗਏ ਬੱਚਾ ਜੀ ਦੋਨਾਂ ਚ ਕਿਉਂਕਿ 50% ਹੈ 6000 ਦਾ ਟੋਟਲ ਟੋਟਲ 6000 ਆਰਟੀਕਲ ਵਿਕੇ ਹੈ 50% 3000 ਕਹਿੰਦਾ ਇਹਦੇ 150% ਨਾਲ ਮਤਲਬ 3000 ਦਾ 150% ਕਿੰਨਾ ਹੋਊਗਾ 3000 ਦਾ 150% ਹੁੰਦਾ ਬੱਚਾ ਜੀ ਤੁਸੀਂ ਕਹੋਗੇ ਸਰ 15 30 45 ਤਾਂ ਇਹ ਆ ਜਾਏਗਾ 4500 ਮਤਲਬ ਇਹਦੇ ਚ ਆਰਟੀਕਲ ਵਿਕੇ 4500 ਰਾਈਟ ਠੀਕ ਹੁਣ ਕਈ ਡਾਇਰੈਕਟ ਵੀ ਕਰਦੇ ਹੋਣਗੇ ਮੈਂ ਡਾਇਰੈਕਟ ਵਾਲਾ ਵੀ ਦੱਸੂਗਾ ਥੋੜੀ ਜਿਹੀ B ਅਤੇ C ਦੁਆਰਾ ਵੇਚੇ ਗਏ ਲੇਖਾਂ ਦੀ ਸੰਖਿਆ ਦਾ ਅਨੁਪਾਤ ਕੀ ਹੈ B ਅਤੇ C ਦੁਆਰਾ ਵੇਚੀ ਗਈ ਸੰਖੇ ਲੇਖਾਂ ਦੀ ਸੰਖਿਆ ਦਾ ਅਨੁਪਾਤ ਕੀ ਹੈ B ਅਤੇ C ਦੁਆਰਾ ਵੇਚੇ ਗਏ ਲੇਖਾਂ ਦੀ ਸੰਖਿਆ ਕਿੰਨੀ ਹੈ 23 ਹੈ ਕਿੰਨੀ ਹੈ 15 ਤੇ 12 ਸਤਾਈ ਹੈ ਸੋਰੀ ਤਬਚਾ ਇਹ ਤੁ 27% ਨਿਕਾਲਣਾ ਹੈ ਦਾ 6000 ਦਾ 27% ਨਿਕਾਲੋਗੇ 6000 ਦਾ 27% ਨਿਕਾਲ ਕੇ ਵੀ ਅਨਸਰ ਆ ਜੀ ਹੁਣ ਕਈ ਕਹਿਣਗੇ ਸਰ ਜੀ ਮੈਂ ਤਾਂ ਸਿੱਧਾ ਹੀ ਕਰ دیا۔ ਅਰੇ ਪਤਾ ਹੈ ਭਈ ਸਿੱਧਾ ਵੀ ਹੋ ਜਾਂਦਾ ਹੈ ਠੀਕ ਹੈ ਇੱਕ ਵਾਰੀ ਸਿੱਧਾ ਦੇਖੋ ਕਿ ਡਾਇਰੈਕਟ ਅਨੁਪਾਤ ਕਿੱਦਾਂ ਕਰ ਸਕਦੇ ਇੱਕ ਤਾਂ ਆਪਾਂ ਦੇਖੋ ਆਪਾਂ 6000 ਨੂੰ ਯੂਜ਼ ਕਰਕੇ ਕਰਾਂਗੇ ਜਿਵੇਂ ਆ 45 ਵਾਇਆ ਤਾਂ ਉਥੋਂ 6000 ਦਾ 27% ਨਿਕਾਲਾਂਗੇ ਐਦਾ ਨਹੀਂ ਕਰਨਾ ਕਿਉਂਕਿ ਆਪਾਂ ਨੂੰ 6000 ਦੇ ਚ ਜ਼ਰੂਰਤ ਨਹੀਂ ਹੈ ਰਾਈਟ ਕਹਿੰਦਾ ਕੀ ਹੈ A ਅਤੇ E ਦੁਆਰਾ ਇਕੱਠੇ ਵੇਚੇ ਗਏ ਲੇਖਾਂ ਦੀ કુલ ਸੰਖਿਆ ਹੈ 50% ਮੈਨੂੰ 50 ਇਹਦਾ 150% ਕਿੰਨਾ ਹੋਊਗਾ ਤੁਸੀਂ ਕਹੋਗੇ ਸਰ 50 ਦਾ 150% ਹੋਊਗਾ 15 5 75 ਮਤਲਬ 50 ਦਾ 150% 75 ਹੋਏਗਾ ਠੀਕ ਹੈ ਉਹਨਾਂ ਨੇ ਕਿਹਾ ਕੀ ਹੈ b ਅਤੇ c ਦੁਆਰਾ ਇਕੱਠੇ ਵਿੱਚੇਗੇ ਲੇਖਾਂ ਦੀ કુલ ਸੰਖਿਆ b ਅਤੇ c ਦੁਆਰਾ b ਅਤੇ c ਦੁਆਰਾ ਹੀ ਇਕੱਠੇ ਕਿੰਨੇ ਵਿੱਚ ਜਾ ਰਿਹਾ 15 ਤੇ 12 27 ਇਹਨਾਂ ਦੋਨਾਂ ਦਾ ਰੇਸ਼ੋ ਪੁੱਛਿਆ ਬੱਚਾ ਜੀ ਤਿੰਨ ਤੇ ਕੱਟ ਦਾਂਗੇ 25 30 75 ਆ ਜਾਏਗਾ ਇਹਨੂੰ ਤਿੰਨ ਤੇ ਕੱਟ ਦਾਂਗਾ 9 ਤੇ 27 ਆ ਜਾਏਗਾ ਮਤਲਬ ਜੋ ਅਨਸਰ ਆ ਜਾਏਗਾ ਬੱਚਾ ਜੋ ਕਿਨਾ ਆ ਜਾਏਗਾ 25 ਰੇਸ਼ੋ 9 25 ਰੇਸ਼ੋ 9 ਐਸ ਸਵਾਲ ਦਾ ਅਨਸਰ ਆ ਜਾਏਗਾ 25 ਰੇਸ਼ੋ 9 ਐਸ ਸਵਾਲ ਦਾ ਅਨਸਰ ਆ ਜਾਵੇਗਾ ਕਲੀਅਰ ਹੈ ਨਹੀਂ ਗੱਲ ਇੱਕ ਤਾਂ ਹੁੰਦਾ ਬੱਚਾ ਜੀ ਆਪਾਂ 6000 ਨੂੰ ਯੂਜ਼ ਕਰਕੇ ਕਰਨਾ ਕਿਉਂਕਿ ਜੋ ਬੱਚਾ ਪਾ ਪਰਸੈਂਟੇਜ ਕਢ ਲਾਏਗਾ ਦੋਨੋਂ ਜਗ੍ਹਾ ਤੇ 6000 ਨਿਕਲੇਗਾ ਤਾਂ ਉਹਦਾ ਕੋਈ ਰੋਲ ਨਹੀਂ ਹੈ ਠੀਕ ਹੈ ਨਾ ਉਹ ਦੋਨੋਂ ਇਕਨ ਪਟਕਾਉਣ ਵਾਸਤੇ ਰੱਖਿਆ ਹੋਇਆ ਹੈ ਪੇਪਰ ਵਾਲਾ ਕੀ ਕਰਦਾ ਹੈ ਉਹਦਾ ਮਕਸਦ ਹੈ ਤੁਹਾਡੇ ਕੋਲੋਂ ਗਲਤ ਕਰਵਾਣਾ ਤੁਹਾਡਾ ਹੈ ਕਿ ਤੁਸੀਂ ਸਹੀ ਕਰਨਾ ਹੈ ਕਲੀਅਰ ਹੈ ਨਹੀਂ ਗੱਲ ਨਾ ਤਾਂ ਬੱਚਾ ਅਨਸਰ ਕਿੰਨਾ ਆਏਗਾ 25 ਰੇਸ਼ਨ ਨੂੰ ਆਏਗਾ ਇੱਕ ਵਾਰੀ ਸਾਰੇ ਬੱਚੇ ਹੈਂਡ ਰੇਸ ਕਰੋਗੇ ਤੇ ਨਾਲ ਦੇ ਨਾਲ ਲਾਈਕ ਵਾਲਾ ਬਟਨ ਵੀ ਦਬ ਦੋਗੇ ਕਿ ਸਰ ਮੇਰਾ ਬਿਲਕੁਲ ਕਲੀਅਰ ਹੈ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਫਿਰ ਆਪਾਂ ਅਗਲੇ ਕੁਐਸਚਨ ਤੇ ਮੂਵ ਕਰਦੇ ਹਾਂ ਰਾਈਟ ਚਲੋ ਅਗਲੇ ਤੇ ਆ ਜਾਓ ਆ ਲੋ ਅਟੈਂਡੈਂਟ ਦੇ ਅੱਗੇ ਲੱਗੀ ਹੋਈ ਹੈ ਚਲੋ ਬਣਾਓ ਸ਼ਾਬਾਸ਼ ਕਿੰਨਾ ਆਏਗਾ ਅਗਲਾ ਕੁਐਸਚਨ ਸਰ 50 ਕਿੰਨਾ ਆਇਆ ਬੱਚਾ ਜੀ 50 ਆਇਆ ਸੀ ਉਹ 32 ਤੇ 18 ਜੋੜੇ ਸੀ ਆ ਵਾਲੇ ਇਹਦਾ 150% ਦੀ ਗੱਲ ਨਹੀਂ ਤੇ 50 ਦਾ 150% ਹੁੰਦਾ 15 5 75 ਆਲ ਕਲੀਅਰ ਵੈਰੀ ਗੁੱਡ ਬਣਾਉਂ ਸੋਬਸ ਦੇਖੋ ਹੁਣ ਇਹਦੇ ਵਿੱਚ ਕੀ ਕਿਹਾ ਗਿਆ ਹੈ ਤੁਸੀਂ ਕੋਣ ਸਰ ਦੇਖਦੇ ਹਾਂ ਜੇਕਰ 2017 ਵਿੱਚ ਜੇਕਰ 2017 ਵਿੱਚ A ਅਤੇ C ਦੁਆਰਾ ਵੇਚੇ ਗਏ ਲੇਖਾਂ ਦੀ ਸੰਖਿਆ ਦੇ ਵਿੱਚ 100/3% ਕਿ 100/6% ਦਾ ਵਾਧਾ ਹੋਇਆ ਤਾਂ 2017 ਵਿੱਚ ਉਹਨਾਂ ਦੁਆਰਾ ਵੇਚੇ ਗਏ ਲੇਖਾਂ ਦਾ ਜੋੜ ਕਿੰਨਾ ਹੈ ਧਿਆਨ ਰੱਖਣਾ ਹੈ ਉਹਨਾਂ ਨੂੰ ਕਰਨ ਦੇ ਵੀ ਬਹੁਤ ਸਾਰੇ ਤਰੀਕੇ ਹੈ ਹੁਣ ਦੇਖੋ ਇਹਦੇ ਵਿੱਚ ਦੇਖੋਗੇ ਨਾ 2017 ਵਿੱਚ A ਅਤੇ C ਦੇ ਵਿੱਚ A ਦੇ ਵਿੱਚ 100/3% ਦਾ ਵਾਧਾ ਹੋਇਆ ਹੈ C ਦੇ ਵਿੱਚ 100/6% ਦਾ ਵਾਧਾ ਹੋਇਆ ਹੈ ਹੁਣ 100/3% ਦਾ ਮਤਲਬ ਬੱਚਾ ਜੀ 1/3 ਹੈ 100/6% ਦਾ ਮਤਲਬ ਕੀ ਹੈ 1/6 ਹੈ ਤੁਸੀਂ ਕਹੋਗੇ ਸਰ ਐਦਾਂ ਕਿਦਾਂ ਸਾਨੂੰ ਵੀ ਦੱਸੋ ਮੈਂ ਦੇਖੋ 100/6 ਹੈ ਪਰਸੈਂਟ ਹਟਾਵਾਂਗੇ ਥੱਲੇ 100 ਆ ਜਾਏਗਾ 100 ਨਾਲ 100 ਕੱਟਿਆ ਗਿਆ ਮਤਲਬ 1/6 ਹੈ 1 ਤੁੰ ਦਿਖਾਵੇ ਦਾ ਹੈ ਇਹ 1/3 ਹੈ ਹੋ 1/6 ਹੈ ਕਹਿੰਦਾ ਕੀ ਹੈ 2017 ਦੇ ਵਿੱਚ A ਦੇ ਵਿੱਚ 1/3 ਦਾ ਵਾਧਾ ਹੋਇਆ ਹੈ ਇਹ ਕਿੰਨਾ ਹੈ ਇਹ ਹੈ 18% ਇਹ ਹੈ 18% ਹੁਣ 18% ਦੇ ਵਿੱਚ ਕਿੰਨਾ ਹੋਇਆ 1/3 ਦਾ ਵਾਧਾ ਹੋ ਗਿਆ ਤਾਂ ਬੱਚਾ ਜੀ ਕਿੰਨਾ ਹੋਏਗਾ 6 6 ਕਮ 6 6 ਦਾ ਵਾਧਾ ਹੋ ਗਿਆ ਤਾਂ ਹੁਣ 18 ਦੇ 6 ਕਿੰਨਾ ਹੋ ਜਾਏਗਾ 24 ਹੋ ਜਾਏਗਾ ਤਾਂ ਮਤਲਬ ਹੁਣ 24% ਆਰਟੀਕਲ ਵਿਕਦੇ ਹੈ ਠੀਕ ਹੈ ਸੀ ਦੁਆਰਾ ਵੇਚੇ ਗਏ ਲਿਖਣ ਦੇ ਵਿੱਚ 1/6 ਦਾ ਵਾਧਾ ਹੋਇਆ ਹੈ ਸੀ ਦੇ ਵਿੱਚ ਕਿੰਨੇ ਵਿੱਚ ਹੈ 12 12 ਚ 1/6 ਦਾ ਵਾਧਾ ਹੋਇਆ 12 ਚ 1/6 ਦਾ ਵਾਧਾ ਹੋਇਆ ਹੈ ਤਾਂ 6 ਦੁਨੀ 12 2 1 ਕਮ 2 2 ਦਾ ਵਾਧਾ ਹੋਇਆ ਤਾਂ 12 ਤੇ 2 ਅਜੇ ਚ ਹੁਣ ਕਿੰਨੇ ਵਿਕਰੇ ਹੈ 14% ਵਿਕਰੇ ਹੈ ਰਾਈਟ ਐਨੀ ਗੱਲ ਕਲੀਅਰ ਹੈ ਮੈਨੂੰ ਪੂਰੀ ਕੈਲਕੂਲੇਸ਼ਨ ਕਰਨ ਦੀ ਜਰੂਰਤ ਨਹੀਂ ਹੈ ਮੈਂ ਸਿਰਫ ਪਰਸੈਂਟੇਜ ਤੇ ਕੈਲਕੂਲੇਸ਼ਨ ਕਰ ਰਿਹਾ ਕਹਿੰਦਾ ਕੀ ਹੈ A ਦੇ ਵਿੱਚ 1/3 ਦਾ ਵਾਧਾ ਹੋਇਆ ਤਾਂ A 18% ਹੈ ਤੇ 18 ਦਾ 1/3 ਦਾ ਵਾਧਾ ਹੋਇਆ ਕਿੰਨਾ ਹੋ ਗਿਆ 6 ਦਾ ਵਾਧਾ ਹੋ ਗਿਆ 24 ਹੋ ਗਿਆ ਇਹਦੇ ਵਿੱਚ 1/6 ਦਾ ਵਾਧਾ ਹੋਇਆ ਬੱਚਾ ਜੀ 12 ਦਾ 1/6 ਹੁੰਦਾ 6 ਦੁਨੀ 12 2 2 ਦਾ ਵਾਧਾ ਹੋਊਗਾ 14% ਹੈ ਇਹ ਕਹਿੰਦਾ a ਅਤੇ c ਦੇ ਵਿੱਚ ਕਿ ਵਾਧਾ ਤਾਂ ਹੋ ਗਿਆ ਠੀਕ ਹੈ ਤਾਂ 2017 ਦੇ ਵਿੱਚ ਉਹਨਾਂ ਦੁਆਰਾ ਵਿਚੇ ਗਏ ਲੇਖਾਂ ਦਾ ਜੋੜ ਕਿੰਨਾ ਹੈ ਜੋੜ ਕਿੰਨਾ ਹੈ ਇਹਦੇ 24% ਲੇਖ ਵਿਕਦੇ ਹਨ ਆਰਟੀਕਲ ਵਿਕਦੇ ਹਨ 14% ਵਿਕਦੇ ਹਨ 24% ਤੇ 14% ਕਿੰਨਾ ਹੋ ਗਿਆ ਬੱਚਾ ਜੀ 38% ਮਤਲਬ ਜੋ ਟੋਟਲ ਆਰਟੀਕਲ ਹੈ ਉਹਦਾ 38% ਵਿਕਦਾ ਹੈ ਤਾਂ 6000 ਦਾ 38% ਕੱਢਣਾ ਹੈ ਕਿੰਨਾ ਹੋਏਗਾ 6000 38 100 ਤਾਂ ਆਨਸਰ ਆ ਜਾਏਗਾ ਠੀਕ ਹੈ ਆਨਸਰ ਆ ਜਾਏਗਾ 6 ਦਾ 8 ਨਾਲ ਗੁਣਾ ਕਰავਾਂਗੇ 48 ਹੰਸਲ 4 ਆ ਗਈ 6 3 18 ਤੇ 4 22 ਇੱਕ ਜ਼ੀਰੋ ਲਾ ਦਿਓ 2280 ਆ ਗਿਆ ਤਾਂ ਆਨਸਰ ਆ ਜਾਏਗਾ 2280 ਹੁਣ ਕਈ ਬੱਚੇ ਨੇ ਕੀ ਕੀਤਾ ਹੋਣਾ ਇਦੇ ਚ ਡਾਇਰੈਕਟ ਨਾ ਕਰਦੇ ਹੋਏ ਕਿ ਕਿਤਾ 6000 ਦੀ ਪਰਸੈਂਟੇਜ ਕਢਾਈ ਹੋਣੀ ਫਿਰ ਵਾਧਾ ਕੀਤਾ ਹੁਣ ਤਾਂ ਬੱਚਾ ਉਹ ਕੰਮ ਨਹੀਂ ਕਰਨਾ ਮੈਨੂੰ ਪਤਾ ਹੈ ਇੱਕ ਵਾਰੀ ਹੈਂਡ ਰੇਜ਼ ਕਰੋ ਕਿ ਸਰ ਮੈਂ ਉਹ ਗਲਤੀ ਕੀਤੀ ਸੀ ਹੁਣ ਬੱਚੇ ਨੇ ਕੀ ਕੀਤਾ ਹੁਣ ਮੈਂ ਦੱਸ ਦਿੰਨਾ ਕਈਆਂ ਦੀ ਕਾਪੀ ਤੇ ਐਦਾਂ ਲਿਖਿਆ ਹੋਊਗਾ 6000 ਦਾ ਪਹਿਲੇ 18% ਕਢ ਲਿਆ ਕਢ ਲਿਆ ਫਿਰ ਉਹਦੇ ਚ ਕੀ ਕੀਤਾ 1.3 ਦਾ ਵਾਧਾ ਕੀਤਾ ਫਿਰ ਜੋੜਿਆ ਉਹਨਾਂ ਦੀ ਕੈਲਕੂਲੇਸ਼ਨ ਕੀਤੀ ਐਦਾਂ ਹੀ ਸੀਦੇ ਵਿੱਚ ਕੀਤਾ ਫਿਰ ਜੋੜਿਆ ਕੀਤਾ ਸਵੇਰ ਹੋ ਜੇਗਾ ਦਾ ਤਾਂ ਸਫੇਰ ਹੋ ਜੇਗਾ দাদা ਠੀਕ ਹੈ ਨਾ ਐਦਾ ਨਹੀਂ ਕਰਨਾ 18% ਹੈ 18 ਦੇ ਵਿੱਚ 1/3 ਦਾ ਵਾਧਾ ਹੋਇਆ 6 ਦਾ ਵਾਧਾ ਹੋ ਗਿਆ 24 ਹੋ ਗਿਆ 12 ਦੇ ਵਿੱਚ 1/6 ਦਾ ਵਾਧਾ ਹੋਇਆ ਮਤਲਬ 2 ਦਾ ਵਾਧਾ ਹੋਇਆ 14 ਹੋ ਗਿਆ ਟੋਟਲ 38% ਆਰਟੀਕਲ ਵਿਕੇ ਤਾਂ 6000 ਦਾ 38% ਕਿੰਨਾ ਹੋਊਗਾ 2280 ਇਸ ਸਵਾਲ ਦਾ ਆਨਸਰ ਆ ਜਾਏਗਾ ਹੁਣ ਬੱਚੇ ਵੀ ਕਮੈਂਟਾਂ ਦੇ ਵਿੱਚ ਲਿਖ ਲਿਆ ਕਿ ਸਰ ਆਹ ਗਲਤੀ ਮੈਂ કરી ਸੀ ਦੇਖੋ ਬਹੁਤ سارے ਬੱਚੇ ਹੈ ਤਾਂ ਇਹ ਗਲਤੀਆਂ ਨਾ ਕਰਨ ਵਾਸਤੇ ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਕਿ ਡੀਆਈ ਦੇ ਵਿੱਚ ਆਪਾਂ ਇਹਦੀ ਪ੍ਰੈਕਟਿਸ ਕਰਕੇ ਚੱਲਾਂਗੇ ਕਿ ਪੇਪਰ ਦੇ ਵਿੱਚ ਦਿੱਕਤ ਨਾ ਆਵੇ ਠੀਕ ਹੈ ਨਾ ਕਲੀਅਰ ਹਿੰਗਲ ਇੱਕ ਵਾਰੀ ਥੰਮਸ ਅਪ ਕਰ ਦਿਓ ਸ਼ਬਸ਼ ਮੈਂ ਨੇ 1 1/16 ਲੈ ਲਿਆ ਸੀ ਤੁਹਾਨੂੰ ਤੁਸੀਂ 1/16 ਲੈ ਲਿਆ ਸੀ ਤਾਂ ਉਹਨਾਂ ਦੇ ਵਿੱਚ ਕਹੀ ਕੁਝ ਨਹੀਂ ਸਕਦੇ 1/6 ਹੁੰਦਾ ਯਾਰ ਆ ਏ ਕਾ ਨਹੀਂ ਆ ਸ਼ਲੈਸ਼ ਆ ਮੈਂ 10ਵੀਂ ਤਾਂ ਸੀ ਚਾਹ ਪੀ ਕੇ ਬੈਠਿਆ ਗਰੂ ਕਰਨੇ ਕਿਉਂ ਚਲੋ ਅਗਲੇ ਤੇ ਆ ਜਣੇ ਠੀਕ ਹੈ ਆਜੋ ਬਣਾਓ ਸ਼ਬਸ਼ ਕਿੰਨਾ ਹੈ ਸਾਰੇ 2250 ਕਰਦੇ ਸੀ ਮੈਂ ਤਾਂ ਆਨਸਰ ਹੀ ਨਹੀਂ ਕੀਤਾ। ਅੱਛਾ। ਚੱਬਸ਼ ਬਾਬਾ ਦੀ। ਬਣਾਓ ਸ਼ਬਸ਼। ਹੁਣਾਂ ਦੇਚ ਕੀ ਕਿਹਾ ਗਿਆ ਕਹਿੰਦਾ A ਤੇ B ਦੁਆਰਾ ਇਕੱਠੇ ਵਿੱਚੇ ਗਏ ਲੇਖਾਂ ਦੀ ਔਸਤ ਦੇਖੋ ਇਹਦੇ ਚ ਐਵਰੇਜ ਵੀ ਕੰਮ ਚਾਹੀਏਗੀ। ਸਾਰਾ ਹੀ ਆਏਗਾ ਡਬਲ ਇਮੇਜ ਵਾਲਾ ਵੀ ਹਮੇਸ਼ਾ ਸਾਰੇ ਹੋ ਜਾਣਗੇ ਟੈਨਸ਼ਨ ਨਾ ਲੂ। ਠੀਕ ਹੈ। ਪਹਿਲੇ ਸਟੈਪ ਬਾਈ ਸਟੈਪ ਕਰਦੇ ਹੋ ਨਾ ਹਨਾ ਇੱਕ ਪਹਿਲੇ ਇੱਕ ਪੌੜੀ ਚੜਾਂਗੇ ਫਿਰ ਦੋ ਚੜਾਂਗੇ ਫਿਰ ਤਿੰਨ ਚੜਾਂਗੇ ਚਾਰ ਚੜਾਂਗੇ ਐਦਾਂ ਤਾਂ ਹੈ ਨਹੀਂ ਕਿ ਛਲਾਂਗ ਮਾਰ ਕੇ ਸਿੱਧਾ ਦਸਵੀਂ ਪੌੜੀ ਤੇ ਜਾਵੋਗੇ ਬੈਠੇ। ਨਹੀਂ ਉਹ ਕੰਮ ਨਹੀਂ ਕਰਨਾ A ਤੇ B ਦੁਆਰਾ ਇਕੱਠੇ ਵਿੱਚਗੇ ਲੇਖਾਂ ਦੀ ਔਸਤ ਪਹਿਲਾਂ ਤਾਂ ਦੇਖੋ A ਤੇ B ਦੇ ਵਿੱਚ ਇਕੱਠੇ ਕਿੰਨੇ ਵਿੱਚਗੇ A ਤੇ A ਦੇ ਵਿੱਚ 18 B ਦੇ ਵਿੱਚ 33 15 ਟੋਟਲ ਕਿੰਨੇ ਵਿੱਚਗੇ 18 ਤੇ 15 ਕਿੰਨੇ ਹੁੰਦੇ 33 33% ਐਵਰੇਜ ਨਿਕਾਲਾਂਗੇ ਤਾਂ ਮਤਲਬ ਕਿੰਨਾ ਹੋ ਜਾਏਗਾ ਦੋ ਨਾਲ ਪਾਕ ਕਰਾ ਦਾਂਗੇ 33/2 ਮਤਲਬ 16.5% A ਤੇ B ਦੀ ਐਵਰੇਜ ਆ ਗਈ 16.5% ए ਤੇ ਬੀ ਦੀ ਐਵਰੇਜ ਆ ਗਈ 16% ए ਤੇ बी दी एवरेज ਕਿੰਨੀ ਆ ਗਈ 16% ਆ ਗਈ ਠੀਕ ਹੈ ਸੀ ਅਤੇ ਡੀ ਦੁਆਰਾ ਇਕੱਠੇ ਵਿੱਚ ਕੇ ਲੇਖਨ ਦੀ ਉਸਤ ਸੀ ਤੇ ਡੀ ਕਿੱਥੇ ਹੈ ਪਈ ਸੀ 12 ਹੈ ਡੀ ਕਿੰਨਾ ਹੈ 23 ਹੈ ਕਿੰਨਾ ਆ ਜਾਏਗਾ 35 ਬੱਚਾ ਇਹਦੇ ਜੀ ਟੋਟਲ 35% ਹੈ ਟੋਟਲ 35% ਹੈ 35 ਦਾ ਦੋ ਜਣੇ ਹੈ ਮਤਲਬ ए ਤੇ ਸੀ ਜੋ ਵੀ ਹੈ ਸੀ ਤੇ ਡੀ ਐਵਰੇਜ ਕਿੰਨਾ ਆ ਜਾਏਗਾ 35/2 17.5% ਕਲੀਅਰ ਅਨਿਕਲ ਰੁਕੋ ਜਰਾ ਸਬਰ ਕਰੋ ਹੁਣ ਜਿਹੜੇ ਕਰੀ ਆਂਦੇ ਨਾ ਅਨਸਰ ਗਲਤ ਅਨਸਰ ਕਰੀ ਆਂਦੇ ਹੈ ਇਹਨਾਂ ਨਾਲ ਮੈਂ ਹੁਣੇ ਗੱਲ ਕਰਦਾ ਕੋਈ ਗੱਲ ਨਹੀਂ ਕਈ ਤਾਂ ਪੇਜ ਕੇ ਮੈਸੇਜ ਡਿਲੀਟ ਵੀ ਕਰ ਦਿੰਦੇ ਨਾਲ ਦੇ ਨਾਲ ਕਈ ਪਤਾ ਕੀ ਕਰਦੇ ਪੇਜ ਤਾਂ ਗਲਤ ਹੋ ਗਿਆ ਡਿਲੀਟ ਮਾਰੋ ਇਨ ਫਟਾਫਟ ਹੈਨਾ ਹੁਣ ਇਹ ਦੇਖੋ ਯਾਰ ਕਿ ਇਹਦੇ ਵਿੱਚ ਟੋਟਲ ਕਿੰਨਾ ਸੀ 18 ਤੇ 15 33 2 ਹੈ 2 ਜਨੇ ਹੈ ਜਾਂ 2 ਸ਼ਹਿਰ ਹੈ ਕੁਝ ਵੀ ਹੈ ਡਿਵਾਈਡ ਕਰਾਵਾਂਗਾ ਐਵਰੇਜ ਆ ਜਾਏਗਾ 16.5% ਸੀ ਤੇ ਡੀ ਦਾ ਟੋਟਲ ਸੀ 35% ਡਿਵਾਈਡ ਕਰਾਵਾਂਗਾ ਐਵਰੇਜ ਆ ਜਾਏਗਾ 7.5% ਉਹਨੇ ਪੁੱਛਿਆ ਕੀ ਹੈ ਕਹਿੰਦਾ ਅੰਤਰ ਕਿੰਨਾ ਹੈ ਐਸ ਇਹਦੇ ਵਿੱਚ ਤੇ ਇਹਦੇ ਵਿੱਚ ਅੰਤਰ ਕਿੰਨਾ ਹੈ ਆਦੀ ਐਵਰੇਜ ਹੈ ਆਦੀ ਐਵਰੇਜ ਹੈ ਅੰਤਰ ਆ ਜਾਏਗਾ ਬੱਚਾ 7.5 ਤੇ 6.5 ਦਾ 1% 1% ਹੀ ਨਿਕਾਲਣਾ ਹੈ ਮੈਂ 1% ਹੀ ਨਿਕਾਲਣਾ ਹੈ ਮੈਂ ਟੋਟਲ ਕਿੰਨੇ ਆਰਟੀਕਲ ਹੈ 6000 6000 ਦਾ 1% ਕਿੰਨਾ ਹੋਊਗਾ 6000 ਦਾ 1% ਕਿੰਨਾ ਹੋਊਗਾ 6000 ਦਾ 1% ਹੁੰਦਾ ਬੱਚਾ ਜੀ 60 ਕਿਉਂਕਿ 1% ਵਾਸਤੇ ਆਪਾਂ ਕੀ ਕਰਦੇ ਹਾਂ ਹੁਣ ਇਹਦਾ 1% ਲਿਖਾਲਣਾ ਕੀ ਕਰਾਂਗਾ 1 2 ਦੋ ਅੰਕ ਛੱਡ ਕੇ ਪੁਆਇੰਟ ਲਿਖ ਦੂੰਗਾ ਤਾਂ 1% ਕਿੰਨਾ ਹੋਊਗਾ 60 ਹੋਊਗਾ ਕਿੰਨਾ ਆਏਗਾ 60 ਆਏਗਾ ਪ੍ਰਵੀਂਦਰ ਕੋਰ ਸਰ ਜੀ ਮੇਰੀ ਗੱਲ ਸੁਣੋ ਪਲੀਜ਼ ਤੁਸੀਂ ਵੀ ਸੁਣਾ ਦਿਓ ਕੋਈ ਗੱਲ ਤੁਹਾਡੀ ਵੀ ਗੱਲ ਸੁਣ ਲੈਣੇ ਠੀਕ ਹੈ ਨਾ ਤਾਂ ਭਈ ਆ ਹੁਣ ਦੇਖ ਲਓ 48 ਕਰਦੇ ਸੀ ਬੱਚੇ ਅਨਸਰ ਮੈਨੂੰ ਨਹੀਂ ਪਤਾ ਕਿ 48 ਕਿੱਥੋਂ ਲੈ ਕੇ ਆ ਗਏ ਹੁਣ ਕਿਵੇਂ ਕੀ ਕੀਤਾ ਕਿ ਕਾਪੀ ਤੇ ਲਿਖਿਆ ਹੈਗਾ ਇਹਨੇ ਜਣੇ 48 ਕਰਦੇ ਆ ਇੱਕਦ ਇੱਕ ਦੋ ਕਮੈਂਟ ਆ ਗਏ ਨਾ 48 ਉਹ 12 25 ਹੋ ਜਾਂਦੀ ਕਿ ਚੱਲ ਤੇਰੇ ਪਿੱਛੇ 48 ਅਰੇ ਆਪ ਤਾਂ ਕਰ ਲਓ ਖੁਦ ਤੋਂ ਤਾਂ ਕਰ ਲਓ ਕੋ ਥੋੜਾ ਬਤਾ ਸਰ ਮੇਰਾ ਮੈਥ ਵੀਕ ਹੈ कोई गल नहीं क्लास लाओ सही हो जाएगा जे बिल्कुल बेसिक तो पढ़ना चाहते हो डिटेल से पढ़ना चाहते हो कि हाँ टॉपिक वाइज पढ़ना है तो तुम पेड़ तो जाके पढ़ लो बच्चा मैं तो ही कह सकता है, है। मैथ अच्छा हो जाएगा क्लासा लाइनिया पैनगियाँ रेगुलर पढ़ना पेगा ठीक है चलो अगले तो आ जाने अगली डी आई तो चलिए चलो अगली डी आई तो आ जाने अगली डी आई आ गई अलग है उस तो अलग डी आई है ठीक है ना तो अलग डी आई है ਬੱਚਾ ਬੇਸਿਕਸ ਤੋਂ ਪਰੋਂ ਪਰਵਿੰਦਰ ਕੋਰ ਬੱਚਾ ਮੈਂ ਤੁਹਾਨੂੰ ਇਹ ਕਹਿ ਰਿਹਾ ਡਿਟੇਲਸ ਪੜ ਲਓ ਠੀਕ ਹੈ ਜਿੰਨੂੰ ਵੀ ਇਦਾਂ ਨਾ ਕਿ ਸਰ ਮੇਰਾ ਮੈਥ ਵੀਕ ਹੈ ਜਾਂ ਮੈਂ ਹਲੇ ਤੱਕ ਮਤਲਬ ਬਹੁਤ ਜ਼ਿਆਦਾ ਮਤਲਬ ਹੈ ਨਾ ਜਾਂ ਮੇਰੇ ਤੇ ਹਲੇ ਕਮੀਆਂ ਹੈ ਤਾਂ ਤੁਸੀਂ ਬੱਚਾ ਪੇਡ ਚ ਪੜ ਸਕਦੇ ਹੋ ਠੀਕ ਹੈ ਨਾ ਡਿਟੇਲ ਚ ਪੜ ਸਕਦੇ ਹੋ ਪੇਡ ਚ ਪੜ ਸਕਦੇ ਹੋ ਜ਼ੀਰੋ ਤੋਂ ਹੀਰੋ ਠੀਕ ਹੈ ਤਾਂ 10 ਵਜੇ ਇੱਕ ਨਵਾਂ ਬੈਚ ਸ਼ੁਰੂ ਹੋ ਰੱਖਿਆ ਹੈ ਜਿਹੜੇ ਛਲੇ ਬੇਸਿਕ ਹੈ ਜਮੈਂ ਕੰਪਲੀਟ ਕੀਤਾ ਹੈ ਸਿਰਫ ਚਾਰ ਕਲਾਸਾਂ ਹੋਈਆਂ ਦੋ ਦਿਨ ਛੁੱਟੀਆਂ ਹੈ ਸੈਟਰਡੇ ਸੰਡੇ ਦੋ ਦਿਨਾਂ ਤੋਂ ਚਾਰ ਕਲਾਸਾਂ ਰੀਕੋਰਡਡ ਲਾ ਕੇ ਮੰਡੇ ਤੋਂ ਨਾਲ ਹੋ ਜੋ ਠੀਕ ਹੈ ਨਾ ਹਲੇ ਆਪਾਂ ਟਾਪਿਕ ਸ਼ੁਰੂ ਕਰਾਂਗੇ ਮੰਡੇ ਦਾ ਤਾਂ ਤੁਸੀਂ ਉਹ ਪੇਡ ਬੈਚ ਦੇ ਵਿੱਚ ਜਾ ਸਕਦੇ ਹੋ ਤੇ ਆਪਦੀ ਤਿਆਰੀ ਨੂੰ ਡਿਟੇਲ ਚ ਕਰ ਸਕਦੇ ਹੋ ਡਿਟੇਲ ਚ ਪੜਨ ਵਾਸਤੇ ਮਤਲਬ ਐਦਾ ਹੈ ਕਿ ਤੁਹਾਨੂੰ ਜਮਾ ਹੀ ਨਹੀਂ ਆਉਂਦਾ ਉਸ ਵਾਸਤੇ ਤੁਹਾਨੂੰ ਬੁਨਿਆਦ 4.0 ਕਿੱਦਾਂ ਜੁਆਇਨ ਕਰਨੇ ਕੀ ਕੁਛ ਮੈਂ ਤੁਹਾਨੂੰ ਲੈਂਸ ਦੱਸ ਦੂੰਗਾ ਤੁਸੀਂ ਉੱਥੇ ਜਾ ਕੇ ਪੜ ਲਿਓ ਠੀਕ ਹੈ ਕੁੱਲ ਖਰਚ ਦਾ ਕਿੰਨਾ ਪ੍ਰਤੀਸ਼ਤ ਟੈਨਿਸ ਤੇ ਖਰਚ ਕੀਤਾ ਗਿਆ ਕੁੱਲ ਖਰਚ ਦਾ ਕਿੰਨਾ ਪ੍ਰਤੀਸ਼ਤ ਟੈਨਿਸ ਤੇ ਖਰਚ ਕੀਤਾ ਗਿਆ ਬੱਚਾ ਜੀ ਕੁੱਲ ਖਰਚ ਦਾ ਕਿੰਨਾ ਪਰਸੈਂਟ ਜੋ ਹੈ ਉਹ ਟੈਨਿਸ ਤੇ ਖਰਚ ਕੀਤਾ ਗਿਆ ਤੁਸੀਂ ਆਪ ਦੇਖੋ ਯਾਰ ਕਿ ਟੈਨਿਸ ਤੇ ਕਿੰਨਾ ਖਰਚ ਕੀਤਾ ਹੈ ਟੈਨਿਸ ਤੇ ਕਿੰਨਾ ਕੀਤਾ ਹੈ 45 ਆ ਦੇਖੋ ਟੈਨਿਸ ਤੇ ਕਿੰਨਾ ਹੈ 45 ਡਿਗਰੀ ਹੈ ਟੈਨਿਸ ਤੇ ਕਿੰਨਾ ਹੈ 45 ਡਿਗਰੀ ਹੈ टेनिस से ते पंताली है. उन के है, डिग्री है तीन सौ तीन सौ सारे तीन सौ सठ डिग्री डिग्री खर्च किया गया है पंतली डिग्री तीन सौ सठ चो क्योंकि जो बच्चा पूरा एंगल है आचा जी आन सौ सठ का है जो आच्चा जी वह किन्न का है तीन सौ सठ का है जो पूरा है ना तीन सौ सठ का है

ਹੁਣ ਵੈਸੇ ਤਾਂ ਬੱਚਾ ਜਿਹਨੇ ਕੀ ਪੁੱਛਿਆ ਹੁਣ ਦੇਖੋ 144 ਕਰੋੜ ਦੀ ਮੈਨੂੰ ਨਾ ਇੱਥੇ ਕੱਦੂ ਜ਼ਰੂਰਤ ਨਹੀਂ ਹੈ ਕਿਉਂ ਨਹੀਂ ਜ਼ਰੂਰਤ ਹੈ ਪਹਿਲੇ ਮੈਂ ਦੱਸੂ ਕਿਉਂਕਿ ਬੱਚੋ ਨੇ ਪਰਸੈਂਟੇਜ ਦੇ ਵਿੱਚ ਪੁੱਛ ਰਿਹਾ ਕਹਿੰਦਾ ਕਿੰਨਾ ਪਰਸੈਂਟ ਟੈਨਿਸ ਤੇ ਖਰਚ ਕੀਤਾ ਗਿਆ ਹੈ ਤਾਂ 1/8 ਹੈ ਨਾ ਪਰਸੈਂਟੇਜ ਦੇ ਵਿੱਚ ਕੱਢਣ ਵਾਸਤੇ ਕੀ ਕਰਾਂਗੇ 1/8 ਦੇ ਵਿੱਚ ਸੋ ਦਾ ਗੁਣਾ ਕਰਾ ਦਾਂਗੇ ਹੁਣ ਮੈਂ ਕਿਹਨਾਂ ਨਾ ਇਹ ਮੈਂ ਤੁਹਾਨੂੰ ਸੁੱਤੇ ਪਏ ਨੂੰ ਉਠਾ ਕੇ ਪੁੱਛ ਲਾ ਨਾ ਕਿ 1.8 ਕਿੰਨਾ ਹੁੰਦਾ ਤਾਂ ਵੀ ਜਵਾਬ ਕਹਿ ਦੇਣਗੇ ਕਿ ਸਰ 12.5% ਕਿਉਂਕਿ ਮੇਰਾ ਯਾਦ ਕਰਵਾਇਆ ਹੋਇਆ ਯਾਰ 12 ਤੇ 8 14 ਤੇ 7 16 ਤੇ 6 ਯਾਦ ਕਰਵਾਏ ਹੋਏ ਨਾ ਹੁਣ 12 ਤੇ 8 ਹੁੰਦਾ ਤਾਂ 8 ਤੇ 12 ਮਤਲਬ 12.5% ਅਨਸਰ ਆ ਜਾਏਗਾ ਮਤਲਬ ਕਿੰਨਾ 12.5% ਆ ਜਾਏਗਾ ਤੇ ਇੱਕ ਵਾਰੀ ਓਕੇ ਰਿਪੋਰਟ ਹੈ ਤਾਂ ਯਾਰ ਲਾਈਕ ਵਾਲਾ ਬਟਨ ਜ਼ਰੂਰ ਦਬ ਦੋਗੇ ਕੋਈ TDS ਕੋਈ GST ਕੋਈ ਟੈਕਸ ਕੁਝ ਨਹੀਂ ਪੇ ਕਰਨਾ ਪਿਆ ਫ੍ਰੀ ਦਾ ਲਾਈਕ ਹੈ ਠੀਕ ਹੈ ਨਾ ਤਲੀ ਅਗੇ 12.5% ਕੀ ਆ ਜਾਏਗਾ 10 ਇਸ ਤੇ ਆ ਜਾਏਗਾ ਚਲੋ ਅਗਲੇ ਤੇ ਆ ਜਾਨੀ ਬਣਾਓ ਸ਼ਬਸ਼ ਡਬਲ ਡੈਕਰ ਵੀ ਡੀਆਈ ਲੈ ਕੇ ਮੁੰਡੇ ਨੂੰ ਡਬਲ ਡਾਈਮੈਂਸ਼ਨ ਹੋਣਗੀਆਂ ਇੱਕ ਅੱਥੇ ਹੋਏਗੀ ਇੱਕ ਉੱਪਰ ਹੋਏਗੀ ਦੋਨਾਂ ਚ ਦੇਖ ਕੇ ਵੀ ਆਨਸਰ ਕਰਨਾ ਹੋਊਗਾ ਠੀਕ ਹੈ ਨਾ ਤਾਂ ਮੈਂ ਵੈਸੇ ਤੁਹਾਨੂੰ ਟਾਈਮ ਦੱਸਿਆ ਸੀਗਾ ਮੈਂ ਅੱਜ ਇੱਕ ਔਨ ਦੀ ਸਪੋਰਟ ਥੰਬਨੇਲ ਚੇਂਜ ਕਰਵਾਇਆ ਕਿਉਂਕਿ ਥੰਬਨੇਲ ਮੇਰੇ ਕੋਲ ਬਣ ਗਿਆ ਸੀ ਮੈਂ ਖਿਆਲ ਬੱਚਿਆਂ ਨੂੰ ਡੀਆਈ ਦਈਏ ਤਾਂ ਮੈਂ ਔਨ ਦੀ ਸਪੋਰਟ ਚੇਂਜ ਕਰਵਾਤਾ ਥੰਬਨੇਲ ਕਿ ਕਿਉਂਕਿ ਹੁਣ पेपर दे हर एक पौ देखो यार क्वेश्चन आंसर वाली क्लास आप शामी लाने होने अठ बजे कि आ, आस डी आई दाए शामी वाली क्लास क्वेश्चन आंसर की रहे तो वाला रहूगा कैंट रहूगा एकदम औोके रहूगा ठीक है ना सर आंसर जल्दी चेंज कर दे आलू बुखारे एदा ही पीएँ ही चेंज करते हैं ਬਾਸਕਟਬਾਲ ਨਾਲੋਂ ਹੋਕੀ ਤੇ ਹੋਰ ਖਰਚ ਕੀਤਾ ਜਾਂਦਾ ਹੈ ਕਹਿੰਦਾ ਕੀ ਹੈ ਹਾਊ ਮਚ ਮੋਰ ਇਸ ਸਪੈਂਡ ਓ ਹੋਕੀ ਦੈਨ ਬਾਸਕਟਬਾਲ ਕਹਿੰਦਾ ਜੋ ਅਨਦਰ ਤੱਕ ਕਹਿੰਦਾ ਇੱਕ ਚ ਦੂਜੇ ਤੋਂ ਕਿੰਨਾ ਵੱਧ ਖਰਚ ਕੀਤਾ ਜਾਂਦਾ ਹੈ ਇੱਕ ਤੋਂ ਦੂਜੇ ਤੋਂ ਕਿੰਨਾ ਵੱਧ ਖਰਚ ਕੀਤਾ ਜਾਂਦਾ ਦੇਖੋ ਬਾਸਕਟਬਾਲ ਉੱਤੇ ਬੱਚਾ ਜੀ 25 ਡਿਗਰੀ ਖਰਚ ਕੀਤਾ ਜਾਂਦਾ ਹੈ ਹੋਕੀ ਦੇ ਵਿੱਚ 70 ਡਿਗਰੀ ਖਰਚ ਕੀਤਾ ਜਾਂਦਾ ਕਿੰਨਾ ਵੱਧ ਖਰਚ ਕੀਤਾ ਗਿਆ ਤੁਸੀਂ ਕਹੋਗੇ ਸਰ 70 ਚੋਂ 25 ਘਟਾਇਆ 45 ਡਿਗਰੀ ਕਿੰਨਾ 45 ਡਿਗਰੀ 45 ਡਿਗਰੀ ਵੱਧ ਖਰਚ ਕੀਤਾ ਜਾਂਦਾ ਹੈ ਕਿੰਨਾ ਖਰਚ ਕੀਤਾ ਜਾਂਦਾ 45 ਡਿਗਰੀ ਵੱਧ ਖਰਚ ਕੀਤਾ ਜਾਂਦਾ ਹੈ ਹੁਣ ਬੱਚਾ ਜੀ ਜੇ 45 ਡਿਗਰੀ ਵੱਧ ਖਰਚ ਕੀਤਾ ਜਾਂਦਾ ਹੈ ਹੁਣ ਆ 45 ਡਿਗਰੀ ਕਿਹਦੇ ਚੋਂ ਹੈ 360 ਚੋਂ ਹੈ ਕਿਉਂਕਿ ਪੂਰਾ ਜੋ ਐਂਗਲ ਹੋ 360 ਦਾ ਹੈ 45 8 360 ਮਤਲਬ 1/8 ਹੁਣ ਕੀ ਪੁੱਛਿਆ ਪਰਸੈਂਟੇਜ ਪੁੱਛਿਆ ਕਿ ਵੈਲਿਊ ਪੁੱਛੀ ਹੈ ਹੁਣ ਆਲੂ ਬੁਖਾਰ ਉਹ ਵੈਲਿਊ ਪੁੱਛੀ ਹੈ 12 ਕਰੋੜ 15 ਕਰੋੜ ਆ ਵੈਲਿਊ ਹੈ टोटल खर्चा किसौ चुताली करोड़ है हूँ एक सौ करोड़ का मैं कि निकालना है एक बटी अठ निकालना है अठारह अठ एक सौ चुताली होंगे अठारह से कट देगा अठारह गुना कि आ जाएगा अठारह सीजार करोड़ ठीक है एटीन करोड़ क्लियर है नहीं गल ਸਮਝ ਗਏ ਨਾ ਤਾਂ ਡਿਫਰੈਂਸ ਕੱਢਣਾ ਸੀ ਬੱਚਾ 60 ਡਿਗਰੀ ਅਦਰ 25 ਡਿਗਰੀ ਹੈ ਡਿਫਰੈਂਸ ਦੇਖਾਂਗੇ 45 ਡਿਗਰੀ 45/360 360 ਕਿਉਂ ਲਾਇਆ ਕਿਉਂਕਿ ਪੂਰਾ ਐਂਗਲ 360 ਦਾ ਹੈ 1/8 ਆ ਜਾਏਗਾ ਤਾਂ 1/8 ਕੱਢਿਆ ਤਾਂ ਕਿੰਨਾ ਆਇਆ ਹੈ 18 ਠੀਕ ਹੈ ਅਗਲੇ ਤੇ ਆ ਜਣੇ ਹਾਂ ਪਿੱਛੇ ਗਏ ਚਲੀ ਇਹ ਚਾਰਜ ਲੇਟ ਹੋ ਜਾਂਦਾ ਕਿ ਮੈਂ ਹੀ ਲੇਟ ਕੱਢਦਾ ਨੂੰ ਚਲੋ ਆ ਜੋਗੇ ਜੇਕਰ hockey ਤੇ ਕੁੱਲ ਖਰਚ 20% ਅਤੇ football ਤੇ 30% ਘਟਾਇਆ ਜਾਂਦਾ ਹੈ ਤਾਂ hockey ਅਤੇ football ਤੇ ਖਰਚੇ ਵਿੱਚ ਕੀ ਫਰਕ ਪਵੇਗਾ? ਘੈਂਟ ਸਵਾਲ ਹੈ। ਇਹ ਲੈਵਲ ਥੋੜਾ ਜਿਹਾ ਅਪ ਹੋ ਗਿਆ। ਪਿਛਲੇ ਕੁਸ਼ਨਾ ਨਾਲੋਂ ਥੋੜਾ ਜਿਹਾ ਲੈਵਲ ਅਪ ਹੋ ਗਿਆ। ਤੁਹਾਨੂੰ ਇਹਨੂੰ ਪੂਰਾ ਕਰਨਾ ਪੈਣਾ ਹੈ। hockey ਤੇ ਕੁੱਲ ਖਰਚ 20% ਤੇ ਫੁੱਟਬਾਲ ਤੇ 30% ਘਟਾਉਣਾ ਪਹਿਲੇ ਤਾਂ ਦੇਖੋ ਹੋਕੀ ਤੇ 70 ਡਿਗਰੀ ਖਰਚ ਕਰਦਾ ਹੈ 70 ਡਿਗਰੀ ਖਰਚ ਕਰਦਾ ਹੈ ਹੁਣ ਜੋ 70 ਡਿਗਰੀ ਹੈ ਬੱਚਾ ਜੀ 70 ਡਿਗਰੀ ਖਰਚ ਕਰਦਾ ਹੋ 360 ਚੋਂ ਖਰਚ ਕਰਦਾ ਹੈ 70/360 100 ਕਰਾਂਗੇ ਤਾਂ ਪਰਸੈਂਟੇਜ ਦੇ ਵਿੱਚ ਵੈਲਿਊ ਆਏਗੀ ਮੈਂ ਤੁਹਾਨੂੰ ਦੱਸਦਾ ਕਿ ਪਹਿਲੇ ਪਰਸੈਂਟੇਜ ਕਿਦਾਂ ਕੱਢਣੀ ਹੈ ਇੱਕ ਕਰਕੇ ਦਿਖਾਣਾ ਦੂਜਾ ਤੁਸੀਂ ਆਪੇ ਕਰੋਗੇ ਜਿਵੇਂ ਹੋਕੀ ਤੇ ਕੁੱਲ ਖਰਚ 20% ਘਟਾਇਆ ਹੈ ਹੋਕੀ ਤੇ ਕਿੰਨਾ ਖਰਚ ਹੁੰਦਾ 70 ਡਿਗਰੀ ਹੁੰਦਾ ਹੈ 70 ਡਿਗਰੀ ਖਰਚ ਹੁੰਦਾ ਹੋਕੀ ਤੇ ਬਟ ਉਹ 70 ਹੁੰਦਾ ਕਿਦੇ ਚੋਂ ਹੈ 360 ਚੋਂ ਹੁੰਦਾ ਹੈ ਰਾਈਟ ਜੋ 70 ਡਿਗਰੀ ਖਰਚ ਕੀਤਾ ਉਹ 360 ਚੋਂ ਖਰਚ ਕੀਤਾ ਹੈ ਗੁਣਾ ਚ 100 ਲਾਵਾਂਗੇ ਤਾਂ ਆਪਣੀ ਪਰਸੈਂਟੇਜ ਆ ਜਾਏਗੀ ਕਿ ਹੋਕੀ ਤੇ ਕਿੰਨਾ ਖਰਚ ਕੀਤਾ ਹੈ ਇੱਥੇ ਤੱਕ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਨਾ ਇੱਥੇ ਤੱਕ ਕੋਈ ਦਿੱਕਤ ਪਰੇਸ਼ਾਨੀ ਕਿ 70 ਡਿਗਰੀ ਖਰਚ ਕਰਦਾ ਹੈ ਉਹ 360 ਚੋਂ ਖਰਚ ਕਰਦਾ ਹੈ ਗੁਣਾ ਚ 100 ਲਾਇਆ ਤਾਂ ਮੇਰਾ ਪਰਸੈਂਟੇਜ ਆ ਜਾਏਗਾ ਰਾਈਟ ਉਹਨੂੰ ਕਹਿੰਦਾ ਕੀ ਹੈ ਕਹਿੰਦਾ ਜੋ ਕੁੱਲ ਖਰਚੋ 20% ਘਟਾ ਦਿਓ ਮਤਲਬ 20% ਦਾ ਮਤਲਬ ਹੁੰਦਾ ਬੱਚਾ ਜੀ 20% ਘਟਾ ਦਾਂਗੇ ਤਾਂ ਉਹ ਨੰਬਰ 100 ਚੋਂ 20 ਕੱਟ ਕੇ 80% ਹੋ ਜਾਏਗਾ ਮਤਲਬ ਇੱਥੋਂ ਕਿੰਨਾ ਆ ਜਾਏਗਾ 80% ਕੱਢਣਾ ਹੈ ਇਹਨਿੰਗਲ ਕਲੀਅਰ ਹੈ ਇਹ ਸਰੰਨਾ ਹੋ ਜਾਏਗਾ एनी गल क्लीयर है पहले मैं दस दो कि सर आ मैं कैलकुलेशन समझ आ गई फिर तो मैं अगे चलाँगा नहीं तो फिर अगर कि चला है पहले फिर आ रिपीट करा होकी ते कि खर्च किया देखो सत्तर सत्तर डिग्री है हूँ सत्तर डिग्री कि बच्चा तीन सौ सठ डिग्री, डिग्री चो है सत्तर डिग्री कि है तीन सौ सठ डिग्री चो है सत्तर बटे तीन सौ सठ इंटू सौ इतने आ जाएगा कि होकी खर्च किया ਫਿਰ ਉਹ ਕਹਿੰਦਾ ਕਿ ਹੋਕੀ ਤੇ ਜੋ ਖਰਚਾ 20% ਘਟਾਇਆ ਜਾਂਦਾ ਹੈ ਤਾਂ ਮੈਂ 20 ਘਟਾ ਦਾਂਗਾ ਸੋਚ 20 ਘਟਾ ਦਾਂਗਾ ਤਾਂ ਇਹ 80% ਆਪਾਂ ਦਾ ਨਿਕਲਣਾ ਹੈ ਕਲੀਅਰ ਹੈ ਨਹੀਂ ਗਲ ਹੁਣ ਦੇਖੋ 100 ਨਾਲ ਤਾਂ 100 ਕੱਟ ਗਿਆ 0 ਨਾਲ 0 ਕੱਟ ਗਿਆ ਠੀਕ ਹੈ 8 8 ਨੂੰ ਕਰਾਂਗਾ ਭਈ ਅੱਧਾ 8 ਨੂੰ ਅੱਧਾ ਕਰਾਂਗਾ 4 ਆ ਜਾਏਗਾ ਐਨੂੰ ਅੱਧਾ ਕਰਾਂਗਾ ਕਿੰਨਾ ਆ ਜਾਏਗਾ 18 ਆ ਜਾਏਗਾ ਐਨੂੰ ਹੋਰ ਅੱਧਾ ਕਰ ਦਾਂਗਾ 2 ਆ ਜਾਏਗਾ ਐਨੂੰ ਹੋਰ ਅੱਧਾ ਕਰ ਦਾਂਗਾ 9 ਆ ਜਾਏਗਾ 72 140 140 9 ਆ ਗਿਆ ਕਲੀਅਰ ਹੈ ਨਹੀਂ ਗੱਲ ਇੱਥੇ ਕਿੰਨਾ ਆ ਗਿਆ 140/9 ਆ ਗਿਆ ਐਨੀ ਗੱਲ ਜੇ ਸਮਝ ਆ ਗਈ ਤਾਂ ਮੈਂ ਥੰਬਸ ਅਪ ਕਰ ਦੂੰਗਾ ਕਿ ਸਭ ਬਿਲਕੁਲ ਓਕੇ ਹੈ ਐਨਾ ਹੋ ਜਾਏਗਾ 140/9% ਮੈਨੂੰ ਅੱਗੇ ਕਰਨ ਦੀ ਜਰੂਰਤ ਨਹੀਂ ਹੈ ਮੈਨੂੰ ਜਾਦਾ ਅੱਗੇ ਜਾਣ ਦੀ ਜਰੂਰਤ ਨਹੀਂ ਮੈਂ ਸਿਰਫ ਇੱਥੇ ਹੀ ਸਟੇ ਰੱਖ ਲੂੰਗਾ ਕਲੀਅਰ ਹੈ ਨਹੀਂ ਗੱਲ ਹੁਣ ਜੇ ਮੈਂ ਇਦਾਂ ਹੀ ਫੁੱਟਬਾਲ ਦਾ ਕਢਾਲਣਾ ਕਿ ਫੁੱਟਬਾਲ ਤੇ 30% ਘਟਾਇਆ ਗਿਆ ਹੈ ਫੁੱਟਬਾਲ ਤੇ ਕਿੰਨਾ ਬਚਿਆ ਜੀ ਫੁੱਟਬਾਲ ਤੇ 80 ਡਿਗਰੀ ਖਰਚ ਹੋਇਆ ਹੈ ਫੁੱਟਬਾਲ ਤੇ ਕਿੰਨਾ ਖਰਚ ਹੋਇਆ ਹੈ 80 ਡਿਗਰੀ ਖਰਚ ਹੋਇਆ ਹੈ ਹੁੰਦੇ ਫੁੱਟਬਾਲ ਤੇ 80 ਡਿਗਰੀ ਖਰਚ ਹੋਇਆ ਹੈ ਉਹ 80 ਜੋ ਹੋਇਆ ਉਹ 360 ਜੋ ਹੋਇਆ ਹੈ ਕਿਉਂਕਿ ਸਾਰਾ ਜੋ ਹੈ ਉਹ 360 ਦਾ ਕਿੰਨੇ ਪਰਸੈਂਟ ਹੋਇਆ ਇਸ ਵਾਸਤੇ ਮੈਂ 100 ਨਾਲ ਗੁਣਾ ਕਰਾਣਾ ਮੈਨੂੰ ਪਤਾ ਚੱਲ ਜੇਗਾ ਕਿ ਫੁੱਟਬਾਲ ਤੇ ਜੋ ਹੈ ਉਹ ਕਿੰਨਾ ਖਰਚਾ ਹੋਇਆ ਇਮਾਨਦਾਰੀ ਨਾਲ ਬਟ ਉਹ ਕਹਿੰਦਾ ਕਿ ਇੱਥੇ ਪਤਾ ਚੱਲ ਗਿਆ ਫਿਰ ਉਹ ਕਹਿੰਦਾ ਕਿ 30% ਘਟਾਇਆ ਹੈ ਤਾਂ ਮਤਲਬ ਜਥੋਂ ਆਪਾਂ ਕੀ ਕਰਾਂਗੇ 70% ਕਰਨ ਵਾਸਤੇ ਮੈਂ 70/100 ਨਹੀਂ ਕਰੂੰਗਾ 100 ਨਾਲ 100 ਕੱਟਿਆ ਗਿਆ 0 ਨਾਲ 0 ਕੱਟਿਆ ਗਿਆ 8 7 56 560 ਇਹ ਤਾਂ ਪੱਤੂ ਛੋਟਾ ਕਰ ਲੈਣੇ ਰੁਕੋ ਇੱਥੋਂ ਹੀ ਕਟਿੰਗ ਮਾਰ ਦਿੰਨੇ ਆ ਚਾਰ ਤੇ ਕਟਾਂਗਾ ਤਾਂ 20 ਚੋਕਾ 8 ਸੀ ਚਾਰ ਤੇ ਕਟਾਂਗਾ ਤਾਂ 9 ਚੋਕਾ 36 20 7 ਤੇ 140 140 बटे ਕਿੰਨਾ ਆ ਜਾਏਗਾ 9 ਆ ਜਾਏਗਾ ਰਾਈਟ ਕਲੀਅਰ ਅਣੀ ਗੱਲ ਅਣੀ ਗੱਲ ਕਲੀਅਰ ਹੈ ਪਹਿਲੇ ਮੈਨੂੰ ਆ ਦੱਸੋ ਅਰੇ ਇਹ ਨਾ ਟਾਈਪਿੰਗ ਵਾਲਾ ਨਾ ਬੰਦਾ ਕਲਕੂਟਰ ਨਾ ਪਹਿਣਾ ਹੈਗਾ ਦੇਖੋ ਇਹਨੇ ਕੀ ਕੀਤਾ ਹੈ ਦੇਖੋ ਮੈਂ ਪੰਜਾਬੀ ਚ ਕੁਐਸਚਨ ਪੜ੍ਹ ਰਿਹਾ ਇੰਗਲਿਸ਼ ਕੁਐਸਚਨ ਦੇਖਦੇ ਇਫ ਟੋਟਲ ਸਪੈਂਡਿੰਗ ਓਨ ਹੋਕੀ ਇਜ਼ ਇਨਕਰੀਜ਼ਡ ਬਾਈ 20% ਹੋਕੀ ਤੇ 20% ਇਨਕਰੀਜ਼ ਹੋਈ ਸੀ ਤੇ ਇਹਨੇ ਤੇ 30% ਘਟਾਇਆ ਸੀ ਬਟ ਇਹਨੇ ਆਲੂ ਬੁਖਾਰੇ ਨੇ ਕੀ ਕੀਤਾ 20% ਦੇ 30% ਘਟਾਇਆ ਜਾਂਦਾ ਇਹਨੇ ਅੱਦਾ ਨਹੀਂ ਲਿਖਿਆ ਕਿ 20% ਵਧਾਇਆ ਹੈ ਵਾਹ ਮੇਰੇ ਗਿਆਸੂਦੀਨ ਬਲਬਨ ਚਲੋ ਕੋਈ ਗੱਲ ਨਹੀਂ ਆਪਾਂ ਇਥੋਂ ਦੁਬਾਰੋ ਕੈਲਕੂਲੇਸ਼ਨ ਕਰ ਲੈਨੇ 20% ਵਧਾਇਆ ਹੈ ਤਾਂ 80 ਦੀ ਥਾਂ ਤੇ 120 ਆ ਜਾਏਗਾ ਕਿਉਂਕਿ 20% ਵਧਾਇਆ ਹੈ ਤਾਂ ਕੀ ਆ ਜਾਏਗਾ 120 ਆ ਜਾਏਗਾ ਠੀਕ ਹੈ ਕੋਈ ਗੱਲ ਨਹੀਂ ਤਾਂ ਹੀ ਮੱਕੇ ਬਰਾਬਰ ਕਿੱਦਾਂ ਆ ਗਿਆ ਚਲੋ ਕੋਈ ਗੱਲ ਨਹੀਂ ਆਪਾਂ ਆਵਲ ਹਿੱਸਾ ਦੁਬਾਰੋ ਕਰ ਲੈਨੇ ਹਾਂ 70/360 ਸੀ ਉੱਤੋਂ ਤਾਂ ਠੀਕ ਹੈ 70/360 ਸੀ ਇੰਟੂ 100 ਕਰਾਂਗੇ ਤਾਂ ਮਤਲਬ ਇਹ ਪਤਾ ਚੱਲੂਗਾ ਕਿ ਪਰਸੈਂਟੇਜ ਆ ਗਿਆ भी प्रसेंट वाया है मतलब एक सौ भी हो जाएगा क्योंकि लिखा नहीं लिखा है इनक्रीज बाई टीसेंट आसेंट वाया है वो वाला फुटबॉल वाला की है एक सौ भी आया है ठीक है ना तो बच्चा जी दो जीरो ना दो जीरो कट गया जीरो ना जीरो कट जाएगी बारह तीह छत्ती सत्तर बटा तीन आ जाएगा आ सत्तर बटे तीन एक सौ चाली बटे नौ है हम गल क्लीयर पहले एक बार थम्सअप कर दो कि सर इतने तक बिल्कुल क्लीयर है ठीक है ना दिस इज द लैवल बच्चा ਇਹਦਾੰਦਾ ਸਵਾਲ ਤੁਹਾਨੂੰ ਪੁੱਛਿਆ ਜਾਏਗਾ ਠੀਕ ਹੈ ਐਦਾਂ ਦਾ ਲੈਵਲ ਤੁਹਾਨੂੰ ਪੁੱਛਿਆ ਜਾਏਗਾ ਕਿਉਂਕਿ ਗਰੁੱਪ ਗਰੁੱਪ ਡੀ ਆ ਯਾਰ ਅੱਛੀ ਕਾਜੀ ਬੋਸਟਾ ਲੈਣੀ ਤਾਂ ਲੈਵਲ ਤਾ ਹੋ ਗਏ ਨਾ ਕਿ ਆ 140/9 ਆ ਆ 70/3 ਆਇਆ ਠੀਕ ਹੈ ਹੁਣ ਬੱਚੋ ਜੇ ਤੁਸੀਂ ਬਰਾਬਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ 70 ਨੂੰ 140 ਕਰ ਦੋ ਤੇ ਬਰਾਬਰ ਤੇ ਥੱਲੇ ਇਹਨੂੰ ਵੀ ਦੁੱਗਣਾ ਕਰਕੇ 6 ਕਰ ਸਕਦੇ ਹੋ ਜੇ ਐਦਾ ਕਰਨਾ ਹੈ ਤਾਂ ਹੁਣ ਤੁਸੀਂ ਆਹ ਵਾਲਾ ਡਿਫਰੈਂਸ ਦੇਖਣਾ ਹੈ ਕਿ ਇਹਦਾ ਅੰਤਰ ਕਿੰਨਾ ਹੈ ਨਿਕਾਲ ਸਕਦੇ ਹੋ ਦਾ ਅੰਤਰ ਕਿੰਨਾ ਆਏਗਾ ਤਾਂ ਤੁਸੀਂ ਦੇਖੋਗੇ ਬੱਚਾ 70/3 ਚੋਂ ਮੈਂ 140/9 ਘਟਾਉਂਗਾ ਕਿਉਂਕਿ ਉਹਨੇ ਪੁੱਛਿਆ ਕੀ ਹੈ ਉਹਨੇ ਬੱਚਾ ਜੀ ਪੁੱਛਿਆ ਹੈ ਕਿ ਖਰਚੇ ਵਿੱਚ ਕੀ ਫਰਕ ਪਵੇਗਾ ਠੀਕ ਹੈ ਤਾਂ ਹਾਕੀਅਤ ਤੇ ਖਰਚੇ ਵਿੱਚ ਕੀ ਫਰਕ ਪਵੇਗਾ ਤਾਂ ਇਹਦਾ ਜੋ ਖਰਚਾ ਹੈ ਉਹ 70/3 ਹੋ ਜਾਏਗਾ ਇਹਦਾ ਜੋ ਖਰਚਾ 140/9 ਹੋ ਜਾਏਗਾ ਤਾਂ ਸਿਰਫ ਇਹ ਤੇ ਕੈਲਕੂਲੇਸ਼ਨ ਲੇ ਕੇ ਸੋਲਵ ਹੀ ਕਰਨਾ ਤੁਹਾਡਾ ਆਨਸਰ ਬਣ ਜਿਗਾ ਜਿੰਨਾ ਵੀ ਬਣੇਗਾ ਉਹ ਬਣੇਗਾ ਕਿਹਦੇ ਤੇ 147 ਕਰੋੜ ਤੇ ਬਣੇਗਾ पहले मैं इनकी गल दस दू क्योंकि मेन की सी बच्चा जी मेन पोशन आही सी कि थो तो समझ आए कि इतने तक समझ आ गया पहले एक बार सारे यस सर लिखोगे कि सर इतने तक मैं समझ आ गया फिर मैं अगे चलूंगा क्योंकि उस तो बाद सिर्फ एक कैलकुलेशन का पार्ट है दैट्स इट होर कुछ भी नहीं है ठीक है मैं रिपीट कर रहा हाँ इथे तक क्योंकि इस तो बाद सिर्फ सत्तर बटे नोन एक सौ चाली बटे नो एक सौ चौताली करोड़ से कैलकुलेशन ही करानी है एक बार मैं हटा रहा ਠੀਕ ਹੈ ਨਾ ਇੱਥੇ ਕਿੰਨਾ ਆਇਆ 70/3 ਆਇਆ ਹੈ ਕਿਉਂਕਿ ਆਹੀ ਚੀਜ਼ ਮੇਨ ਹੈ ਐਦਾਂ ਦੇ ਸਵਾਲ ਤੁਹਾਨੂੰ ਪੁੱਛੇ ਜਾਣਗੇ ਜੋ ਕਿ ਤੁਸੀਂ ਨੰਬਰ ਕਦੇ ਨਹੀਂ ਦੇਣੇ ਠੀਕ ਹੈ ਨਾ ਜਾਣ ਨਹੀਂ ਦੇਣੇ ਨੰਬਰ ਠੀਕ ਹੈ ਆਜੋ ਦੇਖਦੇ ਹਾਂ ਕਹਿੰਦਾ ਇਫ ਦਾ ਟੋਟਲ ਸਪੈਂਡਿੰਗ ਔਨ ਹੋਕੀ ਇਜ਼ ਇਨਕਰੀਜ਼ਡ ਬਾਏ 20% ਹੋਕੀ ਤੇ ਜਿੰਨਾ ਖਰਚਾ ਹੋਇਆ ਉਹ ਖਰਚਾ ਆਪਾਂ 20% ਵਧਾਣਾ ਹੈ ਠੀਕ ਹੈ ਹੋਕੀ ਤੇ ਕਿੰਨਾ ਹੋਇਆ 70 ਡਿਗਰੀ ਹੋਇਆ ਉਹ 70 ਡਿਗਰੀ ਹੋਇਆ 360 ਚੋ ਗੁਣਾ ਚੋ 100 ਲਾਵਾਂਗਾ ਮੇਰੀ ਪਰਸੈਂਟੇਜ ਆ ਜਾਏਗੀ ਜਿੰਨੇ ਵੀ ਆਏਗੇ ਤੱਕ

ਕਿੰਨਾ ਸੀ ਫੁੱਟਬਾਲ ਤੇ 80 ਡਿਗਰੀ ਸੀ 80 ਡਿਗਰੀ ਸੀ 360 ਤੋਂ ਗੁਣਾ ਤੇ 16 ਆਵਾਂਗਾ ਆ ਖਰਚਾ ਪਹਿਲੇ ਵਾਲਾ ਸੀ ਹੁਣ ਇਹਦੇ ਜੋ ਕੀ ਕੀਤਾ 30% ਘਟਾਤਾ ਤਾਂ ਮਤਲਬ 70% ਰਹਿ ਗਿਆ ਤਾਂ 70% ਦਾ ਹਟਾ ਕੇ ਥੱਲੇ 100 ਆ ਗਿਆ ਤਾਂ ਇੱਥੇ 70 ਬਟਾ 3 ਨਾ ਖਰਚਾ ਹੁੰਦਾ ਹੈ ਇੱਥੇ 140 ਬਟਾ 9 ਖਰਚਾ ਹੁੰਦਾ ਹੈ ਤੋਂ ਉਸ ਤੋਂ ਬਾਅਦ ਤਾਂ ਸਿਰਫ ਕੈਲਕੂਲੇਸ਼ਨ ਹੀ ਹੈ ਹੋਰ ਕੁਝ ਨਹੀਂ ਐਨੀ ਗੱਲ ਸਮਝ ਆ ਗਈ ਪਤਾ ਚੱਲ ਗਿਆ ਨਾ ਕਿ ਹੁਣ ਇਹਦੇ ਚੰਨਾ ਖਰਚਾ ਹੁੰਦਾ ਇਹਦੇ ਚੰਨਾ ਖਰਚਾ ਹੁੰਦਾ ਵਟ ਵਿਲ ਬੀ ਦਾ ਡਿਫਰੈਂਸ ਬੀਟਵੀਨ ਸਪੈਂਡਿੰਗ ਹੋਕੀ ਐਂਡ ਫੁੱਟਬਾਲ ਨਾਉ ਕਹਿੰਦਾ ਹੁਣ ਜੋ ਹੈ ਉਹਨਾਂ ਦੇ ਖਰਚਿਆਂ ਦੇ ਵਿੱਚ ਅੰਤਰ ਕਿੰਨਾ ਹੈ ਇਹਨਾਂ ਦੋਨਾਂ ਦਾ ਅੰਤਰ نکالਨਾ ਹੈ ਭਈ ਅੰਤਰ ਦਾ نکال ਸਕਦੇ ਹੋ ਨੇ ਇੱਕ ਵਾਰ ਥੰਮਸ ਅਪ ਕਰੋ ਕਿ ਸਰ نکال ਸਕਦੇ ਹਾਂ ਅੰਤਰ نکالਨਾ ਮਾਈਨਸ ਕਰਨਾ ਯਾਰ ਸਿਰਫ 70/300 ਮੈਂ 140/9 ਮਾਈਨਸ ਕਰਾਂਗਾ ਮਾਈਨਸ ਕਰੋ ਐਲਸੀਐਮ ਕਿੰਨਾ ਆਏਗਾ ਤੁਸੀਂ ਕਹੋਗੇ ਸਰ 3 3 ਉਹਦਾ ਐਲਸੀਐਮ ਆਏਗਾ 9 ਕਿਉਂਕਿ 3 ਦੇ ਭਾੜੇ ਤੋਂ 9 ਆਉਂਦਾ ਹੈ 9 ਦਾ 3 ਤੇ ਭਾਗ ਕਰਾਵਾਂਗਾ 3 ਆ ਜਾਏਗਾ 3 ਦਾ 70 ਨਾਲ ਗੁਣਾ ਕਰਾਵਾਂਗਾ 70 3 210 ਮਾਈਨਸ ਕਿੰਨਾ ਆ ਜੇਗਾ 140 ਆ ਜੇਗਾ ਮਤਲਬ ਬੱਚਾ ਆ ਜੋ ਡਿਫਰੈਂਸ ਕਰਾਂਗਾ ਤਾਂ ਮੇਰਾ ਕਿੰਨਾ ਆ ਜੇਗਾ 210 ਚੋਂ ਮੈਂ 140 ਘਟਾਵਾਂਗਾ 70/9 ਮਤਲਬ ਜੋ ਇਹਨਾਂ ਦਾ ਅੰਤਰ ਆ ਗਿਆ ਡਿਫਰੈਂਸ ਆ ਗਿਆ ਕਿੰਨਾ ਆ ਗਿਆ 70/9 ਆ ਗਿਆ ਪੂਰਾ ਵੀ ਕਰ ਦਿੰਨੇ ਆ ਕੋਈ ਗੱਲ ਨਹੀਂ ਠੀਕ ਹੈ ਉਹ ਕਰ ਦਿੰਨੇ ਪੂਰਾ ਨਾ ਟੈਂਸ਼ਨ ਲੂ ਕਰ ਦਿੰਨੇ ਹੌਸਲਾ ਨਾ ਛੱਡਿਆ ਕਰੋ ਮੈਂ ਪੂਰਾ ਕਰ ਦਿੰਨਾ 70/3 ਦੇਜ ਖਰਚਾ ਹੋਇਆ 140/9 ਹੋਇਆ ਉਹ ਕਹਿੰਦਾ ਵਟ 윌 ਬੀ ਦਾ ਡਿਫਰੈਂਸ ਕਹਿੰਦਾ ਇਹਨਾਂ ਦੋਨਾਂ ਦੇ ਖਰਚਿਆਂ ਦੇ ਵਿੱਚ ਡਿਫਰੈਂਸ ਕਿੰਨਾ ਹੈ ਤਾਂ 70/3 ਚੋਂ ਮੈਂ 140/9 ਕਿਟਾ ਦਾਂਗਾ ਤਾਂ ਡਿਫਰੈਂਸ ਆ ਜਾਊਗਾ 9 ਤੇ 3 ਦਾ ਐਲਸੀਮ ਕਿੰਨਾ ਹੁੰਦਾ 9 9 ਦਾ 3 ਤੇ ਭਾਗ ਕਰਾਵਾਂਗਾ 3 ਆਇਆ 3 ਦਾ 70 ਨਾਲ ਗੁਣਾ ਕਰਾਵਾਂਗੇ ਸਾਤ ਦੇ ਕਿ 210 ਆਇਆ 9 ਦਾ ਨਾਲ ਭਾਗ ਕਰਾਵਾਂਗਾ 1 ਹੈ 1 ਦਾ 140 ਨਾਲ ਗੁਣਾ ਕਰਾਂਗੇ ਅੰਨਾ ਆ ਗਿਆ 70/9 ਤਾਂ ਡਿਫਰੈਂਸ ਹੈ 70/9 ਤਾਂ ਤਾਲੀ ਦਾ ਆਪਾਂ ਕੀ ਕ نکالਣਾ ਹੈ 70/9 نکالਣਾ ਤਾਂ ਬਚਾ ਜੀ 16 144 ਹੁੰਦੇ 16 7 ਕਿੰਨੇ ਹੁੰਦੇ 16 7 ਹੁੰਦੇ 112 112 ਦਾ ਮਤਲਬ ਕਿੰਨਾ ਆ ਜਾਏਗਾ 11.2 ਕਰੋੜ ਕੈਂਟ ਸਵਾਲ ਸੀ ਮਜ਼ਾ ਆਇਆ ਤੇ ਇੱਕ ਵਾਰ தம்ਸਬ ਜ਼ਰੂਰ ਕਰ ਦੋਗੇ ਕਿ ਸਰ ਵਾਕਈ ਮਜ਼ਾ ਆਇਆ ਦਿਸ ਇਜ਼ ਦਾ ਲੈਵਲ ਬੱਚਾ ਹੁਣ ਮੈਂ ਤੁਹਾਨੂੰ ਇਹ ਪਹਿਲੇ ਸਵਾਲ ਲੈ ਕੇ ਆਂਦਾ ਜਿਹੜੇ ਪਿਛਲੇ ਸਵਾਲ ਕਰਾਏ ਹੋ ਉਸ ਤੋਂ ਪਹਿਲੇ ਜੇ ਮੈਂ ਇਹ ਸਵਾਲ ਲਿਆਂਦਾ ਨਾ ਅਧਿ ਗਣੇ ਸਰ ਜੀ ਨਹੀਂ ਇੱਥੇ ਮੈਂ ਕਹ ਇੱਕ ਇੱਕ ਕਰਕੇ ਪੌੜੀ ਚੜਾਂਗੇ ਨਾ ਇਹ ਲੈਵਲ ਦੇ ਸਵਾਲ ਵੀ ਤੁਹਾਨੂੰ ਦਿਖਾਉਂਗਾ ਐਸ ਲੈਵਲ ਦੇ ਸਵਾਲ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਕਲੀਅਰ ਐਨੀ ਗੱਲ ਤੇ ਕੋਆ ਥੰਬਸ ਅਪ ਕਰ ਦੋਗੇ ਕਿ ਸਰ ਬਿਲਕੁਲ ਓਕੇ ਹੈ ਲਾਈਕ ਵਾਲਾ ਬਟਨ ਜ਼ਰੂਰ ਦਬਾਉਗੇ ਜੇ ਸਵਾਲ ਪਸੰਦ ਆਇਆ ਕੁਐਸਚਨ ਕੈਂਟ ਲੱਗਿਆ ਤਾਂ ਠੀਕ ਹੈ ਨਾ ਪੁੱਛਿਆ ਸੀ ਉਹਨੇ ਡਿਫਰੈਂਸ ਤਾਂ ਮੈਂ ਡਿਫਰੈਂਸ ਕਢਿਆ 70/9 ਆ ਗਿਆ ਤਾਂ 144 ਕਰੋੜ ਕੀ ਸੀ ਟੋਟਲ ਸਪੈਂਡ ਸੀ ਤਾਂ 144 ਆ ਰਿਹਾ ਡਾ ਦੇ ਰੱਖਿਆ ਨਾ ਆ ਪੂਰਾ ਜੋ ਸਪੈਂਡ ਹੈ 144 ਕਰੋੜ ਦਾ 144 ਕਰੋੜ ਦਾ ਆਪਾਂ ਕਿ 70/9 ਨਿਕਾਲਾਂਗੇ ਤਾਂ 11.2 ਕਰੋੜ ਆ ਜਾਏਗਾ ਕਾਜਲ ਰਾਣੀ ਸਰ ਨੇ ਓਕੇ ਸੰਭਾਚ ਕਰਨੇ ਪੈਣਗੇ ਪੇਪਰ ਦੇ ਵਿੱਚ ਆਣਗੇ ਉੱਥੇ ਜਾ ਕੇ ਤੁਸੀਂ ਉਹਨਾਂ ਨੂੰ ਨਹੀਂ ਕਹਿ ਸਕਦੇ ਸਰ ਨੇ ਓਕੇ ਸਵਾਲ ਥੋੜਾ ਸੋਖੇ ਪਾਣੇ ਸੀਗੇ ਠੀਕ ਹੈ ਨਾ ਤਾਂ ਸਿਰਾ ਸਵਾਲ ਸੀ ਕੈਂਟ ਸਵਾਲ ਸੀ ਪਹਿਲੇ ਦੱਸੋ ਡੀਆਈ ਕਰਨ ਚ ਮਜ਼ਾ ਆ ਰਿਹਾ ਤੇ ਕੋਈ ਸਾਰੇ ਬੱਚੇ ਹੈਂਡ ਰੇਸ ਕਰਨਗੇ ਕਿ ਸਾਰੀ ਡੀਆਈ ਕਰਨ ਚ ਵਾਕਈ ਮਜ਼ਾ ਆ ਰਿਹਾ ਹੁਣ ਮੈਂ ਤੁਹਾਨੂੰ ਦੱਸਾਂ ਇੱਕ ਚੀਜ਼ ਦੱਸਦਾ ਹੈ ਹੈਡ ਕਨਸਟੇਬਲ ਦਾ ਪੇਪਰ ਹੋਇਆ ਸੀ ਨਾ ਹੈਡ ਕਨਸਟੇਬਲ ਦਾ ਪੰਜਾਬ ਪੁਲਿਸ ਦਾ 3 ਡੀਆਈ ਆਈਆਂ ਸੀ 5-5 ਦੀਆਂ ਤਾਂ ਮਤਲਬ 15 ਕੁਐਸਚਨ ਆਏ ਸੀ 15 ਚੋਕਾ 60 ਨੰਬਰ ਦਾ ਹੈਡ ਕਨਸਟੇਬਲ ਦੇ ਵਿੱਚ ਡੀਆਈ ਆਇਆ ਸੀ ਰੀਜਨਿੰਗ ਵਾਲੇ ਸੈਕਸ਼ਨ ਦੇ ਵਿੱਚ ਜਿੰਨੇ ਪੇਪਰ ਦੇ ਤੁਹਾਨੂੰ ਪੁੱਛੋ 60 ਨੰਬਰ ਦਾ ਸਬ ਇੰਸਪੈਕਟਰ ਦੇ ਵਿੱਚ ਆਇਆ ਸੀ 60 ਨੰਬਰ ਦਾ ਸੀਨੀਅਰ ਅਸਿਸਟੈਂਟ ਚ ਪੰਜ ਕੁਐਸਚਨ ਦੇ ਰੱਖੇ ਦੱਸ ਚੋ ਕਿ ਅਸੀਂ ਪੰਜ ਕੁਐਸਚਨ ਡੀਆਈ ਦੇ ਪੁੱਛਾਂਗੇ ਅਗਲੇ ਨਹੀਂ ਸਿੱਧਾ ਸਿੱਧਾ ਕਹੇ ਤਾਂ ਸਿਲੇਬਸ ਦੇ ਵਿੱਚ ਲਿਖਤਾ ਕਿ ਅਸੀਂ ਪੁੱਛਾਂਗੇ ਤੁਸੀਂ ਕਰਨੇ ਹੈ ਕਰਨੇ ਪੈਣਗੇ ਮੈਂ ਕਹਿੰਦਾ ਪੰਜਾਬ ਪੁਲਿਸ ਦੇ ਵਿੱਚ ਵੀ ਤੁਹਾਨੂੰ ਪੁੱਛਿਆ ਜਾਏਗਾ ਪਟਵਾਰੀ ਦੇ ਵਿੱਚ ਵੀ ਡੀਆਈ ਆਵੇਗੀ ਵੀਡੀਓ ਦੇ ਵਿੱਚ ਵੀ ਡੀਆਈ ਆਏਗੀ ਇਹੋ ਜਿਹਾ ਕੋਈ ਪੇਪਰ ਨਹੀਂ ਜਿਹਦੇ ਵਿੱਚ ਡੀਆਈ ਨਾ ਆਵੇ ਤਾਂ ਆਹ ਵਾਲੀ ਕਲਾਸ ਅਪਰ ਡੀਆਈ ਦੀ ਕਰਦੀ ਹੈ ਪਹਿਲੇ ਮੈਨੂੰ ਦੱਸ ਦੋ ਪਰਮਨੈਂਟ ਵਾਸਤੇ ਪਰਮਨੈਂਟ ਵਾਸਤੇ ਇੱਕ ਵਾਰੀ ਸਾਰੇ ਬੱਚੇ ਹੈਂਡ ਰੇਸ ਕਰਨਗੇ ਕਿ ਸਰ ਪਰਮਨੈਂਟ ਡੀਆਈ ਦੀ ਕਰ ਲੋ ਅੱਜ ਆਪਾਂ ਦੋ ਦੋ ਤਿੰਨ ਡੀਆਈ ਕਰਾਂਗੇ ਅਲੱਗ-ਅਲੱਗ ਕਰਾਂਗੇ ਅੱਜ ਮੈਂ ਦੋਨੋਂ ਪਾਈ ਚਾਰਟ ਲੈ ਕੇ ਆ ਆ ਹੋ ਸਕਦਾ ਇੱਕ ਦਿਨ ਲਾਈਨ ਚਾਰਟ ਲੈ ਕੇ ਆ ਮੈਂ ਇੱਕ ਦਿਨ ਗ੍ਰਾਫਿਕ ਚਾਰਟ ਲੈ ਕੇ ਆ ਮੈਂ ਆ ਸਾਰਾ ਇੱਕ ਵਾਰੀ ਹੈਂਡ ਰੇਸ ਕਰੋ ਕਿ ਸਰ ਆਪਾਂ ਪਾਈ ਚਾਰਟ ਆ ਜੋ ਕਲਾਸ ਹੈ ਡੀਆਈ ਦੀ ਕਰ ਦਈਏ ਰਾਤੀ 8 ਵਜੇ ਕਲਾਸ ਹੁੰਦੀ ਹੈ ਉਹ ਕੁਐਸਚਨ ਆਨਸਰ ਦੀ ਹੋਵੇਗੀ ਜਿਵੇਂ ਆਪਾਂ ਮਿਕਸ ਐਮਸੀਕਿਊ ਕਰਦੇ ਹੁੰਦੇ ਆ ਦੋਨੋਂ ਕਲਾਸਾਂ ਤੁਹਾਡੇ ਵਾਸਤੇ ਇੰਪੋਰਟੈਂਟ ਰਹਿਣਗੀਆਂ ਡੇਲੀ ਸਵੇਰੇ 11 ਵਜੇ राती आठ बजे सवेरे ग्यारह बजे राती अठ बजे जरूर जुड़ना है ठीक है ना तो दोनों सोल्यूशन हो जाएगी डी आई आप इतने करा मिक्स एम सी डी आप उ करा तो जिन्होंने टॉपिक वाइज पढ़ना पिना ने टॉपिक वाइज पढ़ना कि सर अभी टॉपिक वाइज पढ़ना है तो सूर्य कंसैप्ट क्लीयर करने है पूरा पढ़ना है तो भाई वेड जाके टॉपिक वाइज जरूर पढ़ लो जिन्होंने हद तक नहीं पढ़िया होया हाँ डबल डबल इमेज भी लेके आवेंगे ट्रिपल भी लैके आवेंगे सारा कुछ लैके आवेंगे टेंशन ही क्यों लें भरोसा है तो बस मुमकिन है सब कुछ तो हम ਖਲੇ ਮੁਕਿਆ ਨਹੀਂ ਹੈ ਖਤਮ ਨਹੀਂ ਹੋਈ ਡੀਆਈ ਹਜੇ ਤੱਕ ਹੈ ਨਾ ਤਾਂ ਹੁਣ ਮੈਂ ਤੁਹਾਨੂੰ ਦੋ ਕੁਐਸਚਨ ਕਰਨ ਵਾਸਤੇ ਦੇ ਰਿਹਾ ਹਾਂ ਇੱਕ ਆ ਵਾਲਾ ਤੇ ਇੱਕ ਆ ਵਾਲਾ ਦੋ ਕੁਐਸਚਨ ਕਰਨ ਨੂੰ ਦੇ ਰਿਹਾ ਹਾਂ मीनिंग ਆਫ ਡੀਆਈ ਬੱਚਾ ਡਾਟਾ ਇੰਟਰਪ੍ਰੀਟੇਸ਼ਨ ਹੁੰਦਾ ਠੀਕ ਹੈ ਨਾ ਹਲੋ ਸਕਰੀਨਸ਼ਾਟ ਮਾਰੋ ਬਾਕੀ ਮੈਂ ਪੀਡੀਐਫ ਤੁਹਾਨੂੰ ਇੱਥੇ ਟੈਲੀਗ੍ਰam ਤੇ ਵੀ ਦੇ ਦੂੰਗਾ ਤੇ ਆਪਣੇ ਐਪਲੀਕੇਸ਼ਨ ਡਾਊਨਲੋਡ ਨਹੀਂ ਹੈ ਤਾਂ ਉਹਦੀ ਕਮਿਊਨਿਟੀ ਤੇ ਵੀ ਦੇ ਦੂੰਗਾ ਇੱਕ ਵਾਰੀ ਸਕਰੀਨਸ਼ਾਟ ਮਾਰੋ ਚੈਲੰਜ ਹੈ ਕੁਐਸਚਨ ਅੱਛਾ ਹੈ ਠੀਕ ਹੈ ਨਾ ਸੁੱਖਾ ਨਹੀਂ ਹੈ ਮੈਂ ਕਹ ਤੂੰ ਸੀ ਕਹਾਂਗਾ ਸਰ ਜਮਾਈ ਚੰਪੂ ਸਵਾਲਾ ਚੰਪੂ ਸਵਾਲ ਨਹੀਂ ਹੈ ਮਜ਼ੇਦਾਰ ਕੁਸ਼ਚਨ ਹੈ ਠੀਕ ਹੈ ਸਕਰੀਨ ਸ਼ਾਟ ਹੋ ਗਿਆ ਇੱਕ ਕਾ ਵਾਲਾ ਸਕਰੀਨ ਸ਼ਾਟ ਮਾਰੋ ਤੇ ਇਹਦੀ ਜੋ ਪੀਡੀਐਫ ਹੈ ਤੁਹਾਨੂੰ ਕਮਿਊਨਿਟੀ ਤੇ ਵੀ ਮਿਲ ਜੇਗੀ ਤੇ ਟੈਲੀਗ੍ਰam ਤੇ ਵੀ ਮਿਲ ਜੇਗੀ ਮੈਥਸ ਬਾਈ ਅੰਕੂ ਸਰ ਅਡਾ 247 ਤੇ ਠੀਕ ਹੈ ਨਾ ਤਾਂ ਆਈਡੀ ਸੈਸ਼ਨ ਦੇ ਵਿੱਚ ਐਨਾ ਹੀ ਹੈ ਤੇ ਬਾਕੀ ਦੇਖੋਗੇ ਤਾਂ ਬੱਚਾ ਬਹੁਤ ਸਾਰੀ ਵੈਕੈਂਸੀਆਂ ਹੈ ਜੇ ਤੁਸੀਂ ਤਿਆਰੀ ਕਰ ਰਹੇ ਹੋ ਇੰਨੀਆਂ ਸਾਰੀ ਵੈਕੈਂਸੀਆਂ ਹੈ ਕਿ ਤੁਹਾਨੂੰ ਪਤਾ ਹੈ ਕਿ ਵੀਡੀਓ ਪਟਵਾਰੀ ਪੰਜਾਬ ਪੁਲਿਸ ਦੀ ਬਹੁਤ ਸਾਰੀ ਵੈਕੈਂਸੀ ਕਨਸਟੇਬਲ ਦੇ ਰਿਜ਼ਲਟ ਕਾਂਸਟੇਬਲ ਦਵਾਰੋ ਵੀ ਆਊਗਾ ਜੇਲ ਵਾਰਡਰ ਫਾਇਰਮੈਨ ਜੋ 12ਵੀਂ ਪੇਜ ਤੇ ਪੇਪਰ ਆਣੇ ਹੈ ਸੀਨੀਅਰ ਅਸਿਸਟੈਂਟ ਦਾ ਸਿਲੇਬਸ ਆਊਟ ਹੋ ਚੁੱਕਿਆ ਪੇਪਰ ਹੋਣਾ ਹੈ ਹੁਣ ਯਾਰ ਸੀਨੀਅਰ ਅਸਿਸਟੈਂਟ ਵਾਲਾ ਨਹੀਂ ਕੋਈ ਗੱਲ ਕਹੂੰਗਾ ਬੱਚਾ ਜੇ ਹਾਲੇ ਤੱਕ ਡਿਟੇਲਸ ਨਹੀਂ ਪੜੇ ਨਾ ਤਾਂ ਡਿਟੇਲਸ ਜਰੂਰ ਪੜ ਲਿਓ ਸਿਲੇਬਸ ਆਉਦਾ ਚੰਗੇ ਤਰੀਕੇ ਨਾਲ ਪੜ ਕੇ ਜਾਓ ਪ੍ਰੈਕਟਿਸ ਆਪਦੀ ਵਧੀਆ ਤਰੀਕੇ ਨਾਲ ਕਰਕੇ ਜਾਓ ਜੇ ਤੁਸੀਂ ਹਾਲੇ ਤੱਕ ਤੁਸੀਂ ਪੜਨਾ ਹੀ ਸ਼ੁਰੂ ਨਹੀਂ ਕੀਤਾ ਜਾਂ ਜਿੱਦਾਂ ਸੋਚਿਆ ਕਿ ਹਾਂ ਹਾਲੇ ਤੱਕ ਤੁਸੀਂ ਟੌਪਿਕ ਵਾਈਜ਼ ਨਹੀਂ ਪੜੇ ਹੋਏ ਤਾਂ ਟੌਪਿਕ ਵਾਈਜ਼ ਇੱਕ ਵਾਰ ਜ਼ਰੂਰ ਤੋਂ ਪੜ ਲੈ ਜੇ ਸਾਰੇ ਸਬਜੈਕਟ ਟੌਪਿਕ ਵਾਈਜ਼ ਜ਼ਰੂਰ ਪੜ ਲੈ ਜੇ ਹੁਣ ਟੌਪਿਕ ਵਾਈਜ਼ ਪੜਨ ਵਾਸਤੇ ਕਰਨਾ ਕੀ ਹੈ ਬੱਚਾ ਪੀਡ ਬੈਚਸ ਸਟਾਰਟ ਹੋ ਚੁੱਕਿਆ ਹੈ ਜੋ ਸੀਨੀਅਰ ਅਸਿਸਟੈਂਟ ਦਾ ਬੈਚ ਸਟਾਰਟ ਹੋ ਚੁੱਕਿਆ ਬਾਕੀ ਵੀ ਬੈਚਸ ਸਟਾਰਟ ਹੋ ਚੁੱਕੀ ਹੈ Google ਤੇ ਜਾਓਗੇ Google ਤੇ ਜਾ ਕੇ ਕੀ ਲਿਖਣਾ ਹੈ adda247 Google ਤੇ ਜਾ ਕੇ ਕੀ ਲਿਖਣਾ ਹੈ adda247 ਲਿਖਣਾ ਹੈ adda247 Google ਤੇ ਲਿਖਤਾ ਇੱਥੇ ਪਹਿਲਾ ਲਿੰਕ ਆਏਗਾ ਉਹਦੇ ਤੇ ਕਲਿੱਕ ਕਰ ਦਿਆ ਜੀ ਪਹਿਲਾ ਲਿੰਕ ਆਏਗਾ ਉਹ ਤੇ ਕਲਿੱਕ ਕਰ ਦਿਆ ਜੀ ਐਦਾਂ ਦਾ ਇੰਟਰਫੇਸ ਤੁਹਾਡੇ ਅੱਗੇ ਓਪਨ ਹੋ ਜਾਏਗਾ ਰਾਈਟ 올 ਕੋਰਸਸ ਦੇ ਵਿੱਚ ਜਾ ਕੇ ਸਟੇਟ ਐਗਜ਼ਾਮ ਤੇ ਜਾ ਕੇ ਪੰਜਾਬ 올 ਕੋਰਸਸ ਦੇ ਵਿੱਚ ਸਟੇਟ ਐਗਜ਼ਾਮ ਦੇ ਵਿੱਚ ਪੰਜਾਬ ਤੇ ਜਾ ਕੇ ਐਡਿਟ ਕਰਨਾ ਕੀ ਹੈ ਬੱਚਾ ਜੀ ਇਹਦੇ ਵਿੱਚ ਤੁਸੀਂ ਦੇਖੋਗੇ ਨਾ ਪੰਜਾਬ ਚ ਆ ਗਏ ਪੰਜਾਬ ਦੇ ਵਿੱਚ ਬੱਚਾ ਜੀ ਕੀ ਕਰਨਾ ਹੈ ਤੁਸੀਂ ਆ ਪੀ ਟ੍ਰਿਪਲ ਐਸ ਬੀ ਵਾਲਾ ਸੈਕਸ਼ਨ ਖੋਲੋਗੇ ਤਾਂ ਇੱਥੇ ਸੀਨੀਅਰ ਅਸਿਸਟੈਂਟ ਦਾ ਆ ਰਿਹਾ ਬੈਚ ਪਈ ਦੇਖੋ ਜੇ ਸੋਚ ਰੱਖਿਆ ਨਾ ਕਿ ਸਰ ਸਿਲੈਕਸ਼ਨ ਲੈਣੀ ਹੈ ਇਹ ਆ ਵਾਲਾ ਬਸ ਸਿਲੇਕਸ਼ਨ ਬੈਚ ਹੈ ਪੀਟਰੀ ਪਲਸ ਵੀ ਦਾ ਸੀਨੀਅਰ ਅਸਿਸਟੈਂਟ ਦਾ ਡਿਟੇਲਡ ਬੈਚ ਬਿਲਕੁਲ ਸਾਰਾ ਕੁਝ ਤੁਹਾਨੂੰ ਪੜਾਇਆ ਜਾਏਗਾ ਸਾਰੇ ਸਬਜੈਕਟ ਅਰੇਚ ਪੜਾਇਆ ਜਾਣਗੇ ਜਿੰਨਾ ਸਿਲੇਬਸ ਸਿਲੇਬਸ ਵਾਈਜ਼ ਚੱਲੋਗੇ ਤਾਂ ਆ ਬੈ ਤੁਸੀਂ ਜੁਆਇਨ ਕਰ ਸਕਦੇ ਹੋ ਜੇ ਸੀਨੀਅਰ ਅਸਿਸਟੈਂਟ ਦਾ ਸੋਚ ਰਖਿਆ ਹੈ ਬਾਕੀ ਪੰਜਾਬ ਦਾ ਮਹਾਪੈਕ ਹੈ ਇਹਦੇ ਵਿੱਚ ਤੁਸੀਂ ਸਾਰੇ ਪੇਪਰਾਂ ਦੀ ਤਿਆਰੀ ਕਰ ਸਕਦੇ ਹੋ ਚਾਹੇ ਪਟਵਾਰੀ ਚਾਹੇ ਵੀਡੀਓ ਚਾਹੇ ਕਨਸਟੇਬਲ ਚਾਹੇ ਪੰਜਾਬ ਪੁਲਿਸ ਪਟਵਾਰੀ ਸਾਰੇ ਬੈਚ ਜਿੰਨੇ ਵੀ ਬੈਚ ਆ ਸਾਰੇ ਪੰਜਾਬ ਦੇ ਮਹਾਪੈਕ ਦੇ ਵਿੱਚ ਮਿਲਦੇ ਹੈ ਇਹ ਸਿੱਧਾ ਅਸਿਸਟੈਂਟ ਦਾ ਇਕੱਲਾ ਹੈ ਦ ਤੁਡੇ ਸਾਹਮਣੇ ਹੈ ਬਟ ਡਿਸਕਾਊਂਟ ਕੋਡ ਲਗਾਏ ਬਾਅਦ ਇਹ ਹੋਰ ਕٹےਗਾ ਟੈਨਸ਼ਨ ਨਹੀਂ ਲੈਣੀ ਸੀਨੀਅਰ ਅਸਿਸਟੈਂਟ ਦਾ ਬੈਚ ਜੋਇਨ ਕਰਨ ਵਾਸਤੇ ਕਰਨਾ ਕੀ ਹੈ ਅ ਸੀਨੀਅਰ ਅਸਿਸਟੈਂਟ ਦਾ ਜੋ ਬੈਚ ਹੈ ਨਾ ਬੱਚਾ ਜੀ ਜਿੰਨਾ ਵੀ ਰੇਟ ਦਿਖਾ ਰਿਹਾ ਹੈ ਤੁਹਾਨੂੰ ਇੱਥੇ ਜਿੰਨਾ ਵੀ ਰੇਟ ਤੁਹਾਨੂੰ ਦਿਖਾ ਰਿਹਾ ਤੇ 1699 ਰੁਪਏ ਦਿਖਾ ਰਿਹਾ ਹੈ ਦਰਨ ਦੀ ਗੱਲ ਨਹੀਂ ਹੈ ਤਾਂ ਜੋ ਵੀ ਕੋਡ ਲੱਗਿਆ ਕੋਡ ਨੂੰ ਹਟਾਓ ਡਿਸਕਾਊਂਟ ਗੂਪਨ ਕੋਡ ਮੈਂ ਦੱਸਦਾ ਵੀਓਫਰ ਸੇ ਜਾ ਕੇ ਬੱਚਾ ਜੀ ਕੀ ਕਰਨਾ ਵੀਓਫਰ ਸੇ ਜਾ ਕੇ ਡਿਸਕਾਊਂਟ ਕੋਡ ਲਾਣਾ ਹੈ Y752Y752 ਵਾਇਸ ਆਸ ਸੁਭਵੰਜਾ ਲਾਇਬਾ ਤਾ ਸੀਨੀਅਰ ਅਸਿਸਟੈਂਟ ਦਾ ਬੈਚ ਹੈ ਤੁਹਾਡਾ 1563 ਰੁਪਏ ਦਾ ਐਪਲੀਕੇਸ਼ਨ ਉੱਤੇ ਦਿਖਾ ਰਿਹਾ ਹੈ 1563 ਰੁਪਏ ਦਾ ਐਪਲੀਕੇਸ਼ਨ ਉੱਤੇ ਦਿਖਾ ਰਿਹਾ ਹੈ ਬਟ ਬੱਚਾ ਤੁਸੀਂ ਐਪ ਉੱਤੇ ਜਾਣਾ ਹੈ ਐਪ ਉੱਤੇ ਐਪਲੀਕੇਸ਼ਨ ਅਡਾ 247 ਦੀ ਐਪ ਉੱਤੇ ਜਾਣਾ ਹੈ ਆ 1563 ਤੋਂ ਵੀ ਥੱਲੇ ਆ ਜਾਏਗਾ ਐਪਲੀਕੇਸ਼ਨ 'ਚ ਜਾਓਗੇ ਨਾ ਐਪ ਓਪਨ ਕਰੋਗੇ ਅਡਾ 247 ਦੀ ਐਪ ਡਾਊਨਲੋਡ ਕਰ ਲਿਓ ਜੇ ਸਟੋਰ ਤੋਂ स्टोरते जाके पीट्री प्लस बीच जाके आ बैच मिलेगा उड लगन हटा के कूपन अवेलेबल लिखे होगा उन्होंने क्लिक करके अंदर जाके डिस्काउंट कोड पा दोगे वाई सेवन फाइव टू वाई सेवन फाइव टू यूज कोइंस लिखा होगा उइनस से भी टिक कर लिया जी इदा इधर करके वाई तो वाई सत्त सौ बवंजा तो कोइनस लाए बात थानू बैच चौदह सौ नब्बे के आसपास आ जाएगा तो जॉइन कर लिये क्योंकि चौदह सौ नब्बे तू पूरा बैच पढ़ देख पढ़ने मिल रहा है तो एकदम डिटेल मिल मिल रहा है तो हमने जॉइन कर लिया जी क्योंकि ਟਾਈਮ ਰੰਦੇ ਜਿੱਦਾਂ ਮਿਲ ਜਾਣ ਤਾਂ ਸਹੀ ਰਹਿੰਦੀ ਹੈ ਹੁਣ ਟਾਈਮ ਹੈ ਹਲੇ ਪੇਪਰ ਕਦੋਂ ਵੀ ਹੋ ਸਕਦਾ ਵੀ ਧਿਆਨ ਚ ਰੱਖਿਆ ਜੇ ਪੇਪਰ ਆ ਗਿਆ ਫਿਰ ਉਸ ਤੋਂ ਬਾਅਦ ਤਾਂ ਫਿਕਰ ਨਾ ਕਰ ਸਰ ਜੀ ਹੁਣ 10 ਦਿਨ ਰਹਿ ਗਏ 15 ਦਿਨ ਰਹਿ ਗਏ ਠੀਕ ਹੈ ਨਾ ਤਾਂ ਧਿਆਨ ਰੱਖਣਾ ਹੈ ਬਸ ਡਿਸਕਾਊਂਟ ਕੋਡ ਧਿਆਨ ਚ ਰੱਖਿਆ ਜੇ Y752 ਲਗਾ ਕੇ ਜੁਆਇਨ ਕਰਨਾ ਹੈ ਕੋਈ ਕਾਲ ਮੈਸੇਜ ਤੁਨੂ ਆ ਕੇ ਕਹਿੰਦਾ ਕਿ ਆਹ ਕੋਡ ਲਾ ਲੋ ਨਹੀਂ ਉਹਨਾਂ ਦੀ ਗੱਲ ਨਹੀਂ ਸੁਣਨੀ ਠੀਕ ਹੈ ਨਾ Y75 ਬੱਚਾ ਕਨਸਟੇਬਲ ਜਲਦੀ ਆ ਜਾਵੇਗਾ ਠੀਕ ਹੈ ਚਲੋ ਅਦਲੀ ਐਨਆਈ ਹੈ ਤੇ ਉਮੀਦ ਕਰਦਾ ਸੈਸ਼ਨ ਪਸੰਦ ਆਇਆ ਹੋਗਾ ਰਾਤੀ 8 ਵਜੇ ਮਿਲਦੇ ਹਾਂ 8 ਵਜੇ ਇੱਕ ਨਵੀਂ એનર્ਜੀ ਦੇ ਨਾਲ ਮਿਲਦੇ ਹਾਂ ਉੱਥੇ ਮਿਲ ਆਪਾਂ ਕਰਾਂਗੇ ਕੁਐਸਚਨ ਆਨਸਰ ਠੀਕ ਹੈ ਨਾ ਮੈਂ ਕੁਐਸਚਨ ਕਰਾਂਗੇ ਤਾਂ 8 ਵਜੇ ਵਾਲੀ ਕਲਾਸ ਤੇ 11 ਵਜੇ ਵਾਲੀ ਕਲਾਸ ਦੋਨੋਂ ਕਲਾਸ ਤੁਹਾਡੇ ਵਾਸਤੇ ਬਹੁਤ ਇੰਪੋਰਟੈਂਟ ਹੈ ਤਾਂ ਜਰੂਰ ਜੁੜਨਾ ਰਾਤੀ 8 ਵਜੇ ਵੀ ਤੇ ਜਿਨ੍ਹਾਂ ਨੇ ਜੁਆਇਨ ਕਰਨਾ ਹੈ ਜੁਆਇਨ ਕਰ ਲੈ ਜੀ 22752 ਡਿਸਕਾਊਂਟ ਕੋਡ ਲਾ ਕੇ ਓਕੇ ਮਿੱਤਰੋ ਟੇਕ ਕੇਅਰ ਬਾਏ ਬਾਏ ਸਸਕੀ ਕਾਲ ਤੇ ਕਮੈਂਟ ਜਰੂਰ ਕਰਕੇ ਜਾਇਓ ਸੈਸ਼ਨ ਕਿਦਾਂ ਦਾ ਰਿਹਾ ਠੀਕ ਹੈ ਓਕੇ ਟੇਕ